ਗੁਰੂ ਸਾਹਿਬ ਜੀ ਨਾਨਕ ਗੁਰੂ ਗੋਬਿੰਦ ਸਿੰਘ ਓਰਣ ਹਰਿ ਉਤਾਰ ਜਗ ਮਗ ਜੋਤਿ ਵੇ ਰਾਜਹੀ ਸ੍ਰੀ ਗੁਰੂ ਗ੍ਰੰਥ ਮਹਾਰਾਜ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ 10 ਪਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਮੂਕੂਚ ਰਹਿ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਦਲਕ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਈ ਹਾ ਹਮ ਬੁੱਧ ਪ੍ਰਭ ਤੁਛ ਹਮਾਰੇ ਮਰਨ ਸਕੈ ਮਹਿਮਾ ਜੋ ਤਿਹਾਰੇ ਹਮ ਨ ਸਖਤ ਕਰਿ ਸਿਫਤ ਤੁਮਾਰੇ ਆਪਨੇ ਹੋ ਤਮ ਕਥਾ ਸੁਧਾਰੇ ਸੋ ਕਹੋ ਟਲ ਗੁਰੂ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਾਨ ਮਰਨ ਦੁਖ ਜੋ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੋਹਿ ਮਹਲਾ ਤੀਜਾ ਸੋਹਿ ਲੜਾ ਹਰਿ ਰਾਮ ਨਾਮ ਗੁਰ ਸ਼ਬਦ ਦੇ ਵਿਚਾਰੇ ਰਾਮ ਰਮਨਤਨੋ ਗੁਰਮੁਖ ਭੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋ ਲੋਧਾਰੇ ਰਾਮ ਨਾਮ ਮੁਖ ਬਾਣੀ ਆਉਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੇ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦ ਦੀ ਵਿਚਾ ਉਮਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਸ਼ੋਭਤ ਗੁਰੂ ਨਾਨਕ ਦੇ ਪਾਵਨ ਦਰਬਾਰ ਦੇ ਅੰਦਰ ਸ਼ਾਮਾਂ ਦੇ ਵਕਤ ਆਪ ਸਾਰੀਆਂ ਸੰਗਤਾਂ ਐਸਾ ਕੀਰਤਨ ਕਰ ਮੰਨ ਮੇਰੇ ਇਹੀਆਂ ਉਹੀਆਂ ਜੋ ਕਾਮ ਤੇ ਕੀਰਤਨ ਦਾ ਆਨੰਦ ਮਾਣਿਆ ਪਾਰ ਬ੍ਰਹਮ ਹੋਆ ਸਹਾਵੀ ਕਥਾ ਕੀਰਤਨ ਸ਼ੁ크ਦਾ ਸੋ ਆਉ ਭਗਤੀ ਦੇ ਅੰਗ ਹਨ ਸਤਿਗੁਰਾਂ ਦੀ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਤੋਂ ਪ੍ਰਾਂਤ ਲੜੀ ਬਾਦ ਕਥਾ ਦਾ ਜੋ ਇਥੋਂ ਦੀਆਂ ਸੰਗਤਾਂ ਨੇ ਬੜੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅੰਮ੍ਰਿਤ ਵੇਲੇ ਮੁਖ ਬਾਗ ਦੇ ਸ਼ਾਮ ਨੂੰ ਲੜੀਵਾਰ ਕਥਾ ਦਾ ਇਹ ਵਿਚਾਰ ਚਲਿਆ ਆ ਰਿਹਾ ਆਓ ਤੀਸਰੇ ਪਾਤਸ਼ਾਹ ਦੀ ਸ਼ੰਤਾਂ ਦੀ ਬਾਣੀ ਹੈ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਮਨ ਮੇਤਿਆ ਹੀ ਕਾਗਰ ਕਰੋ ਸਤਿਗੁਰਾਂ ਦੀ ਅਮਰਤ ਮੈਂ ਬਾਣੀ ਦਾ ਲਾਹਾ ਪ੍ਰਾਪਤ ਕਰਿਏ 772 ਅੰਗ ਦੇ ਉੱਤੇ ਸੂਹੀ ਰਾਗਣੀ ਦੇ ਅੰਦਰ ਤੀਸਰੇ ਪਾਤਸ਼ਾਹ ਦੇ ਪਾਵਨ ਬਚਨ ਹੈ ਰੂਪ ਕਲੰਕਰ ਦੁਆਰਾ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਨੂੰ ਸੁਣਾਵਾਂਗੇ ਸੋਹੇ ਮਹੱਲਾ ਤੀਜਾ ਸੋਹੀ ਰਾਗਣੀ ਦੇ ਅੰਦਰ ਮਹੱਲਾ ਤੀਜੇ ਤੋਂ ਪਾਵੈ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨਿਆ ਉਹਨਾਂ ਦਾ ਪਾਵਨ ਅੰਮ੍ਰਿਤ ਵਚਨ ਹੈ ਜੀ ਸੋਹੇ ਲੜਾ ਹਰਿ ਰਾਮ ਨਾਮ ਇਹ ਜੜਾ ਸੋਹੇ ਲੜੇ ਤੋਂ ਭਾਵ ਜਿਹੜਾ ਜਸ ਹੈ ਜਾਂ ਆਨੰਦ ਹੈ ਇਹ ਪਰਮੇਸ਼ਰ ਵਾਹਿਗੁਰੂ ਦੇ RAM RAM ਹੋਏ ਪਰਮੇਸ਼ਰ ਦੇ ਨਾਮ ਵਿੱਚ ਹੈ ਜੋ ਹਰੀ ਸਭ ਇੱਕ ਦੇ ਅੰਦਰ ਹਰ ਇੱਕ ਦੇ ਅੰਦਰ ਹੈ ਤੇ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਉਹ ਦੱਸਦੇ ਹਨ ਗੁਰ ਸ਼ਬਦੀ ਵਿਚਾਰੇ RAM ਜਿਹੜਾ ਗੁਰ ਸ਼ਬਦੀ ਵਿਚਾਰ ਨਹੀਂ ਸਰਵਣ ਕਰਦਾ ਉਹ ਇਸ ਆਨੰਦ ਤੋਂ ਵਾਂਝਾ ਰਹੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਸ਼ਬਦੀ ਵਿਚਾਰ ਯਾਨੀ ਕਥਾ ਦੀ ਜਿਹੜੀ ਪਰੰਪਰਾ ਹੈ ਉਹ ਖੁਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਆਰੰਭ ਕੀਤੀ ਹੈ ਇਹ ਨਹੀਂ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਦੰਦਮਾ ਸਾਹਿਬ ਕਥਾ ਕੀਤੀ ਜੀ ਉਥੋਂ ਦੀ ਕਥਾ ਦੀ ਪਰੰਪਰਾ ਐਸਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਸੰਪੂਰਨ ਕਥਾ ਦੀ ਪਰੰਪਰਾ ਜਿਹੜੀ ਹੈ ਇਹ ਰੰਮ ਕੀਤੀ। ਜਪਜੀ ਸਾਹਿਬ ਦੇ ਬਾਵਤੇ ਬਚਨ ਆਉਂਦਾ ਹੈ ਹੱਥ ਲਿਖਤ ਪੋਥੀ ਹੈ। ਦਾਸ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ ਜਿਹੜੀ ਮੈਂ ਗੱਲ ਆਪ ਜੀ ਨਾਲ ਸਾਂਝੀ ਕਰਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ। ਭਾਈ ਲੈਣਾ ਜੀ ਤੋਂ ਬੇਨਤੀ ਕਰਾਈ ਬਾਬਾ ਬੁੱਢਾ ਸਾਹਿਬ ਭਾਈ ਲੈਣਾ ਜੀ ਇਹ ਮੁੱਖ ਸਨ। ਕਰਤਾਰਪੁਰ ਦਾ ਬਚਨ। ਗਰੀਬ ਨਿਵਾਜ਼ ਕਿਰਪਾ ਕਰਕੇ ਜਪਜੀ ਸਾਹਿਬ ਦੀ ਕਥਾ ਸੁਣਾਓ। ਹਣੀ ਜਪਜੀ ਸਾਹਿਬ ਦੇ ਅਰਥ ਸੁਣਾਓ। ਤਾਂ ਗੁਰੂ ਨਾਨਕ ਸਾਹਿਬ ਜੀ ਉਸ ਰੱਬੀ ਰੰਗ ਵਿੱਚ ਬੋਲੇ ਕਹਿਣ ਲੱਗੇ ਭਾਈ ਜਪਜੀ ਕੇ ਅਰਥ ਤਾਂ ਕਰਤਾਰ ਹੀ ਜਾਣੇ। ਇਹ ਪਹਿਲਾ ਵਾਕ ਹੈ ਮਹਾਰਾਜ। ਏਕ ਨੇ ਲਿਖਿਆ ਹੋਇਆ ਜਿਵੇਂ ਮੈਂ ਆਪ ਜੀ ਨੂੰ ਦੱਸਿਆ। ਭਾਈ ਜਪਜੀ ਕੇ ਅਰਥ ਤਾਂ ਕਰਤਾਰ ਹੀ ਜਾਣੇ। ਭਾਈ ਲੈਣਾ ਜੀ ਨੇ ਫਿਰ ਹੱਸ ਔੜੇ ਗਰੀਬ ਨਵਾਜ਼ ਤੁਸੀਂ ਗੁਰੂ ਹੋ ਤੇ ਫਿਰ ਵਚਨ ਹੋਇਆ ਭਾਈ ਗੁਰੂ ਕੀ ਸਭਨਾ ਦਾ ਆਪ ਹੀ ਹੈ ਦੇਖੋ ਕੈਸੀ ਨਿਮਰਤਾ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਦਾ ਸਰੂਪਨ ਹੰਗ ਤਾਂ ਨੇੜੇ ਤੜੇ ਆਉਣ ਹੀ ਨਹੀਂ ਦਿੱਤੇ ਫਿਰ ਭਾਈ ਲੈਣਾ ਜੀ ਚੁੱਪ ਕਰ ਜਾਂਦੇ ਗੁਰੂ ਨਾਨਕ ਨੂੰ ਸਿੱਖਾਂ ਦੀ ਬੇਨਤੀ ਤੇ ਤਰਸ ਆਉਂਦਾ ਤੇ ਫਿਰ ਕਹਿੰਦੇ ਨੇ ਅੱਛਾ ਭਾਈ ਲੈਣਾ ਜੀ ਨਿਰੰਕਾਰ ਦਾ ਐਸਾ ਹੀ ਹੁਕਮ ਹੋਵੇਗਾ ਲਿਆਓ ਲਖਾਰੀ ਫਿਰ ਤੁਸੀਂ ਅਰਥ ਲਿਖ ਲਓ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਅਰਥ ਆਪ ਕੀਤੇ ਔਰ ਉਹ ਅਰਥ ਕੀਤੇ ਹੋਏ ਮੌਜੂਦ ਨਾ ਹੱਥ ਲਿਖਤ ਪੁਥੀ ਹੈ ਤੇ ਕੋਈ ਕਲਪਨਾ ਦੇ ਆਧਾਰ ਤੇ ਨਹੀਂ ਜਿਹੜੀ ਸਬੂਤਾਂ ਦੇ ਆਧਾਰ ਤੇ ਹੈ ਕਹਿਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਪ ਇਹ ਬਚਨ ਕੀਤਾ ਅਗਲਾ ਜਿਹੜਾ ਬਚਨ ਹੈ ਇਹ ਭਾਈ ਸੰਤੋਖ ਸਿੰਘ ਸਾਹਿਬ ਨੇ ਸ੍ਰੀ ਨਾਨਕ ਪ੍ਰਕਾਸ਼ ਗੁੰਥਨ ਕਰ ਦਿੱਤਾ। ਮਾਰੇ ਕਹਿੰਦੇ ਭਾਈ ਇਹ ਸ਼ਬਦ ਜਿਹੜਾ ਹੈ ਸ਼ਬਦ ਦਾ ਪਾਠ ਕਰੋਗੇ ਮਹਾਤਮਤ ਹੈ ਦਵੇ। ਬਹੁਤ ਮਹੱਤਮ ਹੈ। ਬਾਕੀ ਦੇ ਕਰਮ ਧਰਮ ਨਾਲੋਂ ਬਹੁਤ ਮਹੱਤਮ ਹੈ। ਤੇ ਸ਼ਬਦ ਦਾ ਕੀਰਤਨ ਕਰੋਗੇ ਇਹਦੋਂ ਵੀ ਮਹਾਤਮ ਹੈ। ਅਰ ਕੀਰਤਨ ਦਾ ਮਹਾਤਮ ਲਿਖਿਆ ਕੋਈ ਦੋ ਰਾਵਾਂ ਨਹੀਂ। ਇਹ ਪਾਠ ਦੇ ਵਿੱਚ ਵੀ ਸ਼ਬਦ ਹੈ ਕੀਰਤਨ ਦੇ ਵਿੱਚ ਵੀ ਸ਼ਬਦ ਹੈ ਪਰ ਥੋੜਾ ਜਿਹਾ ਅੰਤਰ ਕੀ ਆਇਆ ਹੈ ਸੰਗੀਤ ਦਾ ਰਸ ਜਿਹੜਾ ਹੈ ਰਾਗ ਦਾ ਆਪਣਾ ਇੱਕ ਰਸ ਹੈ ਉਹ ਰਸ ਜਿਹੜਾ ਸ਼ਬਦ ਦੇ ਨਾਲ ਸਮਿਲਤ ਹੋ ਗਿਆ ਇਸ ਕਰਕੇ ਰਾਗ ਦਾ ਪ੍ਰਭਾਵ ਜਿਹੜਾ ਉਹਦੇ ਨਾਲ ਤੇ ਉਹ ਰਾਗ ਦਾ ਪ੍ਰਭਾਵ ਹੈ ਖਿਮਾ ਕਰਨੇ ਸ਼ਬਦ ਦਾ ਪ੍ਰਭਾਵ ਨਹੀਂ ਰਾਗੀ ਸਾਹਿਬ ਦੇ ਗਲੇ ਦਾ ਪ੍ਰਭਾਵ ਰਾਗੀ ਸਾਹਿਬ ਜੀ ਦੇ ਸੰਗੀਤ ਦਾ ਜਿਹੜੀ ਉਹਨੂੰ ਰਾਗ ਵਿਦਿਆ ਆਉਂਦੀ ਹੈ ਦੋ ਚੀਜ਼ਾਂ ਦਾ ਪ੍ਰਭਾਵ শ্রোਤਿਆਂ ਦੇ ਪੈਂਦਾ ਜਿਹੜੇ ਅਜੇ ਮੁਕੰਮਲ শ্রোਤੇ ਨਹੀਂ ਹੋਏ ਕੇਵਲ ਕਨ ਰਸ ਹੈ ਸ਼ਬਦ ਦੀ ਕੋਈ ਸਮਝ ਨਹੀਂ ਆ ਰਹੀ ਲੇਕਿਨ ਉਹਦੇ ਵਿੱਚ ਉਹ ਜਿਹੜਾ ਰਸ ਮਹਿਸੂਸ ਕਰਦੇ ਨਾ ਉਹ ਰਾਗੀ ਸਿੰਘ ਦੇ ਗਲੇ ਦਾ ਹੈ ਸ਼ਬਦ ਦਾ ਨਹੀਂ ਹੈ ਰਸ ਉਹ ਸ਼ਬਦ ਦਾ ਰਸ ਹੋਣਾ ਹੈ ਅਰਥ ਦੇ ਨਾਲ ਤੇ ਮੁਕਤੀ ਇਹਦੇ ਵਿੱਚ ਹੈ ਤੇ ਇਸ ਕਰਕੇ ਸਭ ਤੋਂ ਉਤਮ ਹਰ ਕੀ ਕਥਾ ਕਿਉਂ ਕਹੇ ਮਹਾਰਾਜ ਬਾਣੀ 'ਚ ਲਿਖਿਆ ਹੈ ਮਾਧੋ ਔਰ ਕਹ ਦਿੰਦਾ ਕਿ ਭਈ ਪਾਠ ਕਰਨ ਦੇ ਨਾਲ ਛੇਵੇਂ ਪਾਤਸ਼ਾਹ ਦਾ ਬਚਨ ਹੈ ਪਾਠ ਕਰੇ ਹੋਏ ਹਨ ਪੁੰਨ ਮਹਾਨਾ ਪਰ ਸਿੱਖੋ ਇੱਕ ਗੱਲ ਧਿਆਨ ਰੱਖਿਓ ਗਿਆਨ ਵਿੱਚ ਵਾਧਾ ਨਹੀਂ ਹੋਏਗਾ ਪਾਠ ਕਰਨ ਦੇ ਨਾਲ ਕੀਰਤਨ ਕਰਨ ਦੇ ਨਾਲ ਗਿਆਨ 'ਚ ਰਾਈ ਮਾਤਰਵਾਦਾ ਨਹੀਂ ਹੋਏਗਾ ਪ੍ਰੇਮ ਨਾਲ ਕਰੋ ਭਗਤੀ ਦਾ ਅੰਗ ਹੈ ਛੱਡਣਾ ਨਹੀਂ ਅਰ ਜੇ ਤੁਸੀਂ ਕੋਹ ਸ਼ਬਦ ਦੇ ਵਿਚਾਰ ਦਾ ਮੁਕਾਬਲਾ ਇਹ ਨਹੀਂ ਕੋਏਗਾ। ਨਾ ਹੀ ਨਾ ਪ੍ਰਾਪਤ ਆਤਮ ਗਿਆਨ ਜੇ ਕਲਿਆਣ ਚਾਹੀਦੀ ਆਤਮਾ ਦੇ ਗਿਆਨ ਵਾਸਤੇ ਤੁਹਾਨੂੰ ਕਥਾ ਹੀ ਸੁਣਨੀ ਪਵੇਗੀ। ਸ਼ਬਦ ਦੇ ਅਰਥ ਹੀ ਸੁਣਨੇ ਪੈਣਗੇ। ਇਸ ਕਰਕੇ ਇਸੇ ਵਿੱਚ ਪਾਛਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਅਰਥ ਵਿਚਾਰ ਕਰੇ ਉਰਮਾਹੇ ਮੁਕਤ ਹੋਏ ਸੋ ਸੰਸਰ। ਜੋ ਕਥਾ ਸੁਨੇਗਾ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮੁਕਤ ਹੋਏਗਾ। ਤੋ ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਨੇ ਤੇ ਕਿਹਾ ਵੀ ਸ਼ਬਦ ਦੀ ਵਿਚਾਰ ਜਿਹੜੀ ਜੋ ਗੁਰੂ ਨਾਨਕ ਤੋਂ ਪ੍ਰారంਭ ਹੋਈ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕੀਏ ਉਹਦੇ ਅਰਥ ਨੂੰ ਪਰਚੋਲਣਾ ਸ਼ਬਦ ਕੀ ਕਰੇ ਮਨ ਦਾ ਇੱਕ ਸੁਭਾਅ ਹੈ ਜਿਹੜੀ ਬਾਤ ਮਨ ਦੇ ਸਮਝ ਵਿੱਚ ਨਾ ਆਵੇ ਉਹਦਾ ਇਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਜਿਵੇਂ ਪੱਥਰ ਤੇ ਪਾਣੀ ਡੋਲਦੇ ਹੋਣਾ ਨਹੀਂ ਜਾਂਦਾ ਹੈ ਮਿਸਾਲ ਦੇ ਤੌਰ ਤੇ ਮੈਨੂੰ ਅਰਬੀ ਨਹੀਂ ਆਉਂਦੀ ਮੈਨੂੰ ਅਰਬੀ ਵਿੱਚ ਕੋਈ ਗਾਲ ਕੱਢ ਦੇਵੇ ਮੈਂ ਹੱਸ ਕੇ ਲੰਘ ਜਾਵਾਂਗਾ ਕੋਲ ਤੇ ਕੁਝ ਬੋਲੇ ਆ ਮੇਰੇ ਤੇ ਅਸਰ ਨਹੀਂ ਹੋਣਾ ਇੰਗਲਿਸ਼ ਜੀ ਨੂੰ ਆਉਂਦੀ ਨੇ ਉਹ ਇੰਗਲਿਸ਼ ਗਾਲ ਕੱਢ ਕੇ ਤੁਰ ਜਾਏ ਉਹਦੇ ਤੇ ਕੋਈ ਅਸਰ ਨਹੀਂ ਹੋਊਗਾ ਲੇਕਿਨ ਜੇ ਉਹ ਭਾਸ਼ਾ ਨੂੰ ਜਾਣਨ ਵਾਲਾ ਉਸੇ ਵੇਲੇ ਗਲੇ ਤੇ ਫੜ ਲੇਗਾ ਤੂੰ ਕੋਣ ਨੇ ਮੈਨੂੰ ਗਾਲ ਕੱਢਣ ਵਾਲਾ ਕਿਉਂ ਅਸਰ ਹੋ ਗਿਆ ਇੱਕ ਦੁਨਿਆਵੀ ਸ਼ਬਦ ਵੀ ਅਸਰ ਸਮਝ ਲਓ ਕਿਸੇ ਨੂੰ ਕਿ ਜene ਉਸ ਭਾਸ਼ਾ ਵਿੱਚ ਕਹਿ ਦਿੱਤਾ ਤੇਰਾ ਪਿਤਾ ਮਰਤੂ ਨੂੰ ਪ੍ਰਾਪਤ ਹੋ ਗਿਆ ਉਹ ਉਹਨੂੰ ਭਾਸ਼ਾ ਨਹੀਂ ਆਉਂਦੀ ਉਹਦੇ ਤੇ ਪਿਓ ਦੇ ਮਰੇ ਦਾ ਕੋਈ ਅਸਰ ਹੀ ਨਹੀਂ ਹੋਇਆ ਜਾਦੂ ਨੂੰ ਸਮਝਾ ਦਿੱਤਾ ਸਜਣਾ ਦੁਭਾਸ਼ੀਏ ਨੇ ਇਹ ਤੈਨੂੰ ਸੁਨੇਹਾ ਦਿੱਤਾ ਕਿ ਤੇਰਾ ਪਿਤਾ ਮਰ ਗਿਆ ਖੜਾ ਹੀ ਤਾਂ ਹਾਂ ਮਾਰਨ ਲੱਗ ਜਾਂਦਾ ਕੀ ਹੋਇਆ ਸ਼ਬਦ ਸਮਝ ਆ ਗਿਆ ਤੇ ਉਹਦਾ ਅਸਰ ਉਸੇ ਵੇਲੇ ਹੋ ਗਿਆ ਇਸ ਕਰਕੇ ਕਥਾ ਕੋਈ ਰਸਮ ਨਹੀਂ ਹੈ ਆਤਮਾ ਨੂੰ ਵਿਚਾਰ ਆਤਮਾ ਦਾ ਰਸ ਲੈਣ ਬਾਸਤੇ ਹੈ ਤੇ ਗੁਰੂ ਸਾਹਿਬ ਜੀ ਨੇ ਇਥੇ ਕਿਹਾ ਗੁਰੂ ਦੇ ਸ਼ਬਦ ਦੀ ਜਿਹੜੇ ਵਿਚਾਰ ਰਾਮ ਰਮੇ ਹੋਏ ਪਰਮੇਸ਼ਰ ਦੇ ਉਹਦੀ ਵਿਚਾਰ ਨੂੰ ਕਰਦੇ ਆ ਸ਼ਬਦ ਦੀ ਭਾਵ ਕੀ ਕਥਾ ਦੇ ਨਾਲ ਅਰਥ ਦੇ ਨਾਲ ਜੁੜਦੀ ਹੈ ਇਸ ਕਰਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਇਹ ਪਵੰਦੀਆਂ ਲਾ ਦਿੱਤੀ ਨਾ ਵੀ ਪੰਥ ਖਾਲਸਾ ਜੀ ਗੁਰਬਾਣੀ ਦੀ ਕਥਾ ਦੀ ਪਰੰਪਰਾ ਤੋਰੀ 1762 ਬਿਕਰਮੀ ਸੰਮਤ ਵਿੱਚ ਕੱਤਕ ਸੁਦੀਪੂਰ ਮਾਸ਼ੀ ਨੂੰ ਆਰੰਭ ਕੀਤੀ ਕਥਾ ਆਪ ਮਹਾਰਾਜ ਨੇ ਤੇ 1763 ਬਿਕਰੀ ਸੰਮਤ 22 ਸਾਵਣ ਨੂੰ ਸੰਪੂਰਨ ਕੀਤੀ ਉਸ ਵੇਲੇ ਤੋਂ ਪੰਥ ਖਾਲਸਾ ਜੋ ਅਰਥ ਪ੍ਰਚਲਿਤ ਹੋਏ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਰਥ ਕੀਤੇ ਹੋਏ ਨੇ ਇਹਦੇ ਵਿੱਚ ਐਸਾ ਜ਼ਰੂਰ ਹੈ ਕਿ ਜਿਵੇਂ ਬਾਦਸ਼ਾਹ ਦੇ ਖਜ਼ਾਨੇ ਭਰੇ ਪਏ ਹੋਣ ਪਰ ਜਿਹੜਾ ਉਹਦਾ ਉੱਤਰ ਅਧਿਕਾਰੀ ਉਸ ਤੋਂ ਅੱਗੇ ਉਹ ਕਹਿੰਦਾ ਮੇਰੇ ਪਿਤਾ ਦਾ ਖਜ਼ਾਨਾ ਉਹ ਤਾਂ ਭਰਿਆ ਹੀ ਪਿਆ ਹੈ पर मैं उस खजाने ਨੂੰ ਘਟ ਨਹੀਂ ਦੇਣਾ ਬਲਕਿ ਉਹਦੇ ਵਿੱਚ ਹੋਰ ਵਾਧਾ ਕਰਨਾ ਜਿਹੜੇ ਬ੍ਰह्मज्ञानी ਤਤਵੇ ਤੇ ਮਹਾਪੁਰਸ਼ ਹੋਏ ਐ ਉਹਨਾਂ ਨੇ ਆਪਣੇ ਅਨੁਭਵ ਦੇ ਅਰਥ ਇਸ ਵਿੱਚ ਮਿਲਿਤ ਕੀਤੇ ਖਜ਼ਾਨਾ ਵਿਆਖਿਆ ਦਾ ਹੋਰ ਸੁੰਦਰ ਬਣਾਇਆ ਤੇ ਵਧਾ ਦਿੱਤਾ ਐਸਾ ਤਾਂ ਹੈ ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਕਹਿੰਦੇ ਹਾਂਜੀ ਅੱਗੇ ਬੋਲੋ ਹਰ ਮਨ ਤਨੋ ਗੁਰਮੁਖ ਭੀਜਾ ਜਿਸ ਗੁਰਮੁਖ ਦਾ ਜਿਹੜਾ ਅੰਤਿਸ਼ਕਰਣ ਹੈ ਮਨ ਮਨ ਕੀ ਅੰਤਿਸ਼ਕਰਣ ਸੰਕਲਪੋ ਵਿਕਲਪੋ ਹੀ ਮਨ ਆ ਜੇ ਕੋਈ ਪੁੱਛੇ ਵੀ ਮਨ ਕੀ ਹੁੰਦਾ ਹੈ ਜਿਹੜੇ ਸੰਕਲਪ ਔਰ ਵਿਕਲਪ ਹੋ ਰਿਹਾ ਹੈ ਇਹ ਮਨ ਦਾ ਸਰੂਪ ਹੈ ਤੇ ਤਨ ਸਰੀਰ ਹੈ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਤੇ ਗੁਰਮਖੰਡਾ ਮਨ ਵੀ ਭਿੱਜ ਗਿਆ ਤੇ ਤਨ ਵੀ ਭਿੱਜ ਗਿਆ ਤਨ ਐਸਾ ਭਿੱਜਿਆ ਕਿ ਜਿਸ ਵੇਲੇ ਰਸ ਪਰ ਜਾਂਦਾ ਹੈ ਅੱਖਾਂ ਦੇ ਵਿੱਚੋਂ ਵੀ ਅੰਸੂ ਆਉਂਦੇ ਨੇ ਉਹ ਤਨ ਦੇ ਭਿਜੇ ਹੋਏ ਅੰਸੂ ਵੀ ਵਗਦੇ ਆਏ ਬੈਰਾਗ ਵਿੱਚ ਤੇ ਮਨ ਭਿਜਿਆ ਹੈ ਮਨ ਦੇ ਵਿੱਚ ਬੈਰਾਗ ਉਤਪਨ ਹੋਇਆ ਹੈ ਪ੍ਰੇਮੰਤ ਰਸ ਦੇ ਵਿੱਚ ਭਿਜ ਜਾਂਦਾ ਹੈ RAM ਨਾਮ ਪਿਆਰੇ RAM RAM ਹੈ ਪਿਆਰੇ ਰਮੇ ਹੋਏ RAM ਦੇ ਨਾਮ ਦੇ ਨਾਲ ਜਿਨ੍ਹਾਂ ਨੇ ਹਿਤ ਕੀਤਾ ਹੈ प्यारे वाहेगुरु ਦੇ ਨਾਮ ਵਿੱਚ ਰਾਮ ਨਾਮ ਪਿਆਰੇ ਸਭ ਕੋ ਲੋਧਾਰੇ ਰਾਮ ਦੇ ਨਾਮ ਨਾਲ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਆਪਣੀਆਂ ਕੁਲਾਂ ਦਾ ਵੀ ਉਦਾਰ ਕਰਾਇਆ ਪ੍ਰਭੂ ਕੈ ਸਿਮਰਨ ਸਭ ਕੁਲ ਉਦਾਰ ਹੈ ਤੇ ਇਸ ਤਰ੍ਹਾਂ ਜਿਹੜਾ ਬ੍ਰਹਮ ਵਿਤ ਹੈ ਬੇਦ ਦੀ ਸੁਰਤੀ ਹੈ ਕਿ ਬ੍ਰਹਮ ਵਿਤ ਮਾਤਰੇਣ 71 ਸ਼ਤੁੰਕਲੁੰਤਾਰਿਆਤੇ ਬ੍ਰਹਮ ਦੇ ਤਜ ਸਮਾਂ ਦੀ ਕੁੱਖ ਤੋਂ ਜਨਮ ਲੈਂਦਾ ਹੈ ਉਹਦੀਆਂ 101 ਕੁਲਾਂ ਤੋਂ ਸੁਧੀ ਤੜ ਜਾਂਦੀਆਂ ਆਪ ਤਰਦੇ ਸੰਗੀ ਤਰਦੇ ਨੂੰ ਕੁਲਾਂ ਦਾ ਉਧਾਰ ਹੋ ਜਾਂਦਾ ਹੈ ਐਸਾ RAM ਦੇ ਨਾਮ ਦੇ ਨਾ ਜਿਨ੍ਹਾਂ ਨੇ ਪਿਆਰ ਕੀਤਾ ਸਿੱਖ ਜਗਤ ਦੇ ਕਿੰਨਿਆਂ ਮਹਾਪੁਰਸ਼ਾਂ ਦਾ ਕਿਹਦਾ ਕਿਹਦਾ ਨਾਂ ਲਿਆ ਜਾਏ ਉਹਨਾਂ ਨੇ ਆਪਣੀਆਂ ਕੁਲਾਂ ਵੀ ਤਾਰੀਆਂ ਤੇ ਆਪਣੇ ਸੰਗੀ ਵੀ ਤਾਰੇ ਹਨ ਅੱਗੇ ਦੱਸਦੇ ਹਾਂ ਰਾਮ ਨਾਮ ਮੁਖ ਬਾਣੀ ਇਹ ਉਹਨੇ ਰਮੇ ਹੋਏ RAM ਦੇ ਨਾਮ ਦੀ ਜਿਹੜੀ ਬਾਣੀ ਐ ਸ਼ਬਦ ਹੈ ਮੂਲ ਮੰਤਰ ਹੈ ਗੁਰ ਮੰਤਰ ਹੈ ਤੇ ਜਾਂ ਫਿਰ ਅਕਾਲ ਕੋ ਇਹ ਬਾਣੀ ਹੈ ਇਹਦਾ ਹਰ ਵੇਲੇ ਚਿੰਤਨ ਕਰਦੇ ਰਹਿੰਦੇ ਹਨ ਜੀ ਆਉਣ ਜਾਣ ਰਹੇ ਸੁਖ ਪਾਇਆ ਜਿਹਦਾ ਆਉਣਾ ਜਾਣਾ ਮੁਕਿਆ ਨਹੀਂ ਸੱਚ ਤਾਂ ਇਹ ਹੈ ਕਿ ਉਹਦਾ ਦੁੱਖ ਵੀ ਅਜੇ ਮੁਕਿਆ ਨਹੀਂ ਉਹਦੀ ਦੁੱਖਾਂ ਦੀ ਕਹਾਣੀ ਵੀ ਸਿਰ ਤੇ ਖੜੀ ਹੈ ਇਤਨਾ ਕੁ ਹੋਏਗਾ ਗੋਤੇ ਖਾ ਰਿਹਾ ਜਿਹੜਾ ਪਾਣੀ ਵਿੱਚ ਕਦੇ ਸਾਹ ਆ ਜਾਂਦਾ ਹੈ ਕਦੇ ਫੇਰ ਡੁੱਬ ਜਾਂਦਾ ਹੈ ਕਦੇ ਸੁਖ ਦਾ ਸਾਹ ਆ ਗਿਆ ਤੇ ਮੁੜ ਕੇ ਦੁੱਖਾਂ ਦੇ ਸਮੁੰਦਰ ਚ ਫੇਰ ਡੁੱਬ ਗਿਆ ਪਰ ਗੋਤੇ ਹੀ ਖਾਂਦਾ ਰਹੇਗਾ ਤੇ ਇਸ ਕਰਕੇ ਕਿਹਾ ਵੀ ਉਹ ਜਿਹੜੇ ਨਾ ਆਵਣ ਜਾਣ ਰਹੇ ਸੁਖ ਪਾਇਆ ਸੁਖ ਉਹਨਾਂ ਨੇ ਪਾਇਆ ਹੈ ਜਿਨ੍ਹਾਂ ਦਾ ਜੰਮਣਾ ਮਰਨਾ ਮਰਨਾ ਬਿਟ ਗਿਆ ਹੈ ਆਉਣਾ ਸੀ ਜਨਮ ਧਾਰ ਕੇ ਜਾਣਾ ਸੀ ਮਰ ਕੇ ਇਹ ਦੋਨੇ ਹੀ ਮੁੱਕ ਗਏ ਹਨ ਕਰ ਅਨਹਦ ਸੁਰਤ ਸਮਾਣੇ ਉਹਨਾਂ ਦੇ ਅੰਤਿਸ਼ ਕਰ ਰੂਪੀ ਘਰ ਦੇ ਵਿੱਚ ਅਨਹਦ ਹੱਦ ਤੋਂ ਰਹਤ ਜਾਂ ਫਿਰ ਜਿਹੜੇ ਦਸਮ ਦਵਾਰ ਦੇ ਅਨਹਦ ਸ਼ਬਦਨ ਤਤ ਅੰਤਿਵਿਤ ਚਰਮ ਕਾ ਕੰਕੰਸੀ ਕਾ ਜਾਨ ਨਾਦ ਸ਼ਬਦ ਘਟ ਕੋ ਕਹਿ ਸੁਆਦ ਸੁਖ ਰਪਹਚਾਨ ਬਾਜੇ ਅਨਹਦ ਬਾਜੇ ਜਿਹੜੇ ਨੇ ਉਹ ਇਸ ਪ੍ਰਕਾਰ ਤੇ ਇਸ ਪ੍ਰਕਾਰ ਫਿਰ ਸੁਰਤ ਦੇ ਸਮਾਨੇ ਜਾਂፈ ਸ਼ਬਦ ਹੀ ਹੱਦ ਤੋਂ ਰਹਤ ਇੱਕ ਧੁਨ ਹੋ ਕੇ ਉਹਨਾਂ ਦੀ ਸੁਰਤ ਵਿੱਚ ਵੱਜਦਾ ਸਾਡੀ ਸੁਰਤ ਦੇ ਵਿੱਚ ਸੰਸਾਰ ਦੀਆਂ ਬੇਸੁਰੀਆਂ ਆਵਾਜ਼ਾਂ ਬੜੀਆਂ ਵੱਜ ਰਹੀਆਂ ਮਹਾਪੁਰਸ਼ਾਂ ਦੇ ਨਹੀਂ ਆਉਂਦਾ ਇੱਕ ਰਸ ਉਹ ਧੁਨ ਜਿਹੜੀ ਚੱਲ ਰਹੀ ਹੈ ਚੱਲ ਰਹੀ ਹੈ ਸੰਸਾਰ ਦੇ ਨਾਲ ਉਹਨਾਂ ਨੇ ਜਿਹੜਾ ਮੇਲ ਜੋਰ ਰੱਖਿਆ ਹੈ ਜਾਂ ਸੰਸਾਰ ਦੇ ਨਾਲ ਗੱਲਬਾਤ ਕਰਦੀ ਹੈ ਅਸਲ ਦੇ ਵਿੱਚ ਬਿਲਕੁਲ ਨਕਲੀ ਬਿਲਕੁਲ ਅੰਦਰ ਤੋਂ ਤਾਂ ਜੁੜੇ ਹੋਏ ਨੂੰ ਸ਼ਬਦ ਦੇਣਾ ਤੇ ਨਕਲੀ ਨਕਲੀ ਸੰਸਾਰ ਦੇ ਨਾਲ ਜਿੰਨਾ ਚਿਰ ਇਹ ਸਰੀਰ ਹੈ ਮਿੱਥਿਆ ਉਹਨਾਂ ਚਿਰ ਮਿੱਥਿਆ ਵਚਨ ਮਿੱਥਿਆ ਲੋਕਾਂ ਦੇ ਨਾਲ ਉਹ ਆਪਣੇ ਚੇਤਨਾ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸ਼ਬਦ ਵੀ ਚੱਲਦਾ ਰਹਿੰਦਾ ਹੈ ਤੇ ਸੰਸਾਰ ਵੀ ਚੱਲਦਾ ਰਹਿੰਦਾ ਤੇ ਅਸੀਂ ਜਿੱਥੇ ਖੜੇ ਆ ਜੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਤਾਂ ਵਾਹਿਗੁਰੂ ਹੈ ਬਲਕਿ ਕਹਿੰਦੇ ਆ ਕਹਿੰਦੇ ਕਈ ਅੰਦਰ ਤੇ ਸੰਕਲਪ ਹੋਰ ਰਲ ਜਾਂਦੇ ਨੇ ਨਾਲ ਗੰਗਾ ਦੇ ਵਹਿੰਦੇ ਪਾਣੀ ਦੇ ਗੰਦੇ ਨਾਲੇ ਮਿਲ ਜਾਂਦੇ ਆ ਸਾਡੀ ਸੁਰਤ ਦੇ ਅੰਦਰ ਜੇ ਸ਼ਬਦ ਹੈ ਬਹਿਣ ਗੰਗਾ ਦੇ ਪ੍ਰਵਾਹ ਤਨ ਚਲੇ ਆ ਪਰ ਸਜੇ ਖਬੇ ਚੋਂ ਗੰਗੇ ਗੰਦੇ ਨਾਲੇ ਵੀ ਪ੍ਰਵੇਸ਼ ਹੋ ਰਹੇ ਨੇ ਵਾਹਿਗੁਰੂ ਵਾਹਿਗੁਰੂ ਕਹਿੰਦੀਆਂ ਤੇ ਸੁਰਤ ਕੁਝ ਹੋਰ ਵੀ ਕਹਿਣ ਲੱਗ ਜਾਂਦੀ ਹੈ ਸਚਾਈ ਹੈ ਜਿੰਨੀ ਦੇਰ ਤੱਕ ਮਲੀਨਤਾ ਹੈ ਸੋ ਬੜੀਆਂ ਸੋਖਮ ਵਿਚਾਰਾਂ ਨੇ ਗੁਰੂ ਕਿਰਪਾ ਕਰੇ ਹਾਂਜੀ ਅੱਗੇ ਬੋਲ ਹਰ ਹਰੋ ਏਕੋ ਪਾਇਆ ਉਹਨਾਂ ਨੇ ਇੱਕ ਅਖੰਡ ਸਰੂਪ ਵਾਹਿਗੁਰੂ ਨੂੰ ਪਾਉਣਾ ਕੀਤਾ ਹੈ ਹਰ ਪ੍ਰਭ ਨਾਨਕ ਕਿਰਪਾ ਧਾਰੇ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ ਸੀ ਕਿਵੇਂ ਪਾਉਣਾ ਕੀਤਾ ਜਿਨ੍ਹਾਂ ਨੇ ਪਾਇਆ ਮਹਾਰਾਜ ਕਹਿੰਦੇ ਵੀ ਇਹ ਦੋ ਗੱਲਾਂ ਦਾ ਪਹਿਲੀ ਤਾਂ ਇਹ ਵਸਤੂ ਹੈ ਘਾਲਣਾ ਦੀ ਦੂਸਰੀ ਹੈ ਮਿਹਰ ਦੀ ਜੇ ਕਲਣਾ ਨਾ ਹੋਵੇ ਮਿਹਰ ਨਾ ਹੋਵੇ ਫਿਰ ਵੀ ਬਾਤ ਨਹੀਂ ਬਣਦੀ ਜੇ ਮਿਹਰ ਹੋ ਜਾਏ ਕਲਣਾ ਨਾ ਹੋਵੇ ਤਾਂ ਵੀ ਬਾਤ ਨਹੀਂ ਬਣਦੀ ਗੱਲਾਂ ਧੋਨੇ ਕਰਨੀਆਂ ਪੈਣਗੀਆਂ ਮਿਹਰ ਗੁਰੂ ਨੇ ਕਰਨੀ ਹੈ ਕਲਣਾ ਸਿੱਖ ਨੇ ਕਰਨੀ ਹੈ ਤੇ ਕਿਸੇ ਨੂੰ ਕਿਸੇ ਕਿਰਪਾ ਹੋਏ ਜਾਂਦੀ ਹੈ ਰਾਵ ਦਿਵਸ ਕੋ ਹਕੂਕ ਨੇ ਕਹੋ ਤਾਂ ਸੁਣੀ ਪੁਕਾਰ ਕਦੇ ਤਾਂ ਸੁਣੀ ਜਾਂਦੀ ਹੈ ਇਸ ਕਰਕੇ ਜਦੋਂ ਕਿਰਪਾ ਧਾਰਨ ਕੀਤੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਆ ਤੇ ਉਸ ਵੇਲੇ ਫਿਰ ਐਸਾ ਹੋਇਆ ਹੈ ਸੋਹੇ ਲੜਾ ਹਰ ਰਾਮ ਨਾਮ ਇਹ ਜਿਹੜਾ ਜਸ ਰੂਪ ਬਾਣੀ ਹੈ ਰਮੇ ਹੋ ਰਾਮ ਪਰਮੇਸ਼ਰ ਦੇ ਨਾਮ ਦੇ ਗੁਰ ਸ਼ਬਦੀ ਵਿਚਾਰੇ ਫਿਰ ਤੂੰ ਉੱਥੀ ਲੈ ਜਾਂਦੀ ਮਹਾਰਾ ਨੇ ਵੀ ਸ਼ਬਦ ਦੀ ਵਿਚਾਰ ਤੋਂ ਪਰੇ ਨਹੀਂ ਜਾਣਾ ਜਿਹੜਾ ਸ਼ਬਦ ਸਮਝ ਨਹੀਂ ਆਉਂਦਾ ਉਹਦਾ ਅਸਰ ਨਹੀਂ ਹੋਣਾ ਤੁਹਾਡੇ ਮਨ ਤੇ ਇਸ ਲਈ ਗੁਰਸੇਖੋ ਕਥਾ ਜ਼ਰੂਰ ਸੁਣਨੀ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਸਾਰਿਆਂ ਜਾਮਿਆਂ ਚ ਸੀ ਉਹ ਕੋਈ ਪਰ ਸਿੱਖ ਆਪਣੀ ਮਰਜ਼ੀ ਦੇ ਹੋ ਗਿਆ। ਇਸ ਕਰਕੇ ਉਹ ਕਹਿੰਦਾ ਜੋ ਮੈਂ ਕਰ ਰਿਹਾ ਇਹੀ ਸਿੱਖੀ ਹੈ ਜਿਹੜੇ ਦੂਸਰੇ ਕਰ ਰਹੇ ਨੇ ਇਹ ਉਹਨੇ ਪੱਕੇ ਸਿੱਖ ਨਹੀਂ ਜਿੰਨਾ ਮੈਂ ਪੱਕਾ ਸਿੱਖਾ। ਇਹ ਇਸ ਸੰਗਤ ਨੇ ਮਾਰ ਲਿਆ ਸਾ। ਗੁਰਮਤਿ ਕੀ ਹੈ ਸਮਝੋ ਉਸ ਨੂੰ। ਅੱਗੇ ਦੱਸਦੇ ਹਾਂ ਜੀ ਹਮ ਨੇਮੇ ਪ੍ਰਭ ਅਤ ਉਚਾ। ਪਰ ਮਹਾਰਾਜ ਸਾਹਿਬ ਜੀ ਨੇ ਇੱਥੇ ਰੂਪ ਕਲੰਕ ਕਰਦਾ ਇੱਕ ਢੰਗ ਬਦਲ ਦਿੱਤਾ। ਅਗਲੇ ਪਾਗਲੇ ਵਿੱਚ। ਉਹ ਇਹਦੇ ਚ ਆ ਗਿਆ ਸਖੀ ਸਖੀ ਸੰਵਾਦ ਗੁਰਬਾਣੀ ਦੀ ਕਥਾ ਇਸੇ ਕਰਕੇ ਉખી ਹੈ ਤੇ ਸ਼ਬਦ ਦੀ ਦਿਸ਼ਾ ਪਕੜਨੀ ਸਖੀ ਸਖੀ ਸੰਵਾਦ ਕੀ ਹੈ ਇੱਕ ਸਖੀ ਦੂਸਰੀ ਸਖੀ ਨੂੰ ਆਪਣਾ ਦੁੱਖ ਰੋਂਦੀ ਹੈ ਭੈਣੇ ਮੈਂ ਕੀ ਕਰਾਂ ਹੁਣ ਇੱਥੇ ਜਗਿਆਸੂ ਰੂਪ ਸਖੀ ਸੁਹਾਗਣ ਸੁਹਾਗਣ ਰੂਪ ਜਿਹਦੇ ਪਤੀ ਪਰਮਾਤਮਾ ਨੂੰ ਮਹਾਤਮਾ ਮਿਲ ਚੁੱਕੇ ਉਹਨਾਂ ਦੇ ਅੱਗੇ ਆਪਣਾ ਦੁੱਖ ਰਹਿੰਦੀ ਹੈ ਹੰਮਨੇ ਮੇ ਮੈਂ ਬਹੁਤ ਨੀਮੀ ਹਾਂ ਉਗਣਾ ਕਰਕੇ ਪ੍ਰਭ ਅਤੂਚਾ ਉਹ ਬਹੁਤ ਉੱਚਾ ਹੈ ਮੈਂ ਬਹੁਤ ਨੀਮੀ ਹਾਂ ਇੱਕ ਬੰਦਾ ਖੜਾ ਹੈ ਸਮਝ ਲਓ ਵੀ ਕੋਈ 50 ਮਜਲਾਂ ਦੇ ਉੱਤੇ ਖੜਾ ਹੈ ਤੇ ਖੜਾ ਹੈ ਧਰਤੀ ਤੇ ਉਹ ਕਹਿੰਦਾ ਆ ਜਾ ਮੇਰੇ ਕੋਲ ਕਹਿੰਦਾ ਆਵਾਂ ਕਿਵੇਂ ਫਰਕ ਬੜਾ ਮੈਂ ਧਰਤੀ ਤੇ ਖੜਾ ਤੇ ਤੁਸੀਂ ਅਸਮਾਨ ਤੇ ਖੜੇ ਹੋ ਰੱਬ ਬਹੁਤ ਉੱਚਾ ਹੈ ਮੈਂ ਬਹੁਤ ਨੀਮੀ ਹਾਂ ਅਸਲ ਦੇ ਵਿੱਚ ਜਿਸ ਨੂੰ ਆਪਣੇ ਨੀਵੇਂ ਪਣ ਦਾ ਪਤਾ ਚੱਲ ਗਿਆ ਸਮਝ ਲਓ ਤਰੱਕੀ ਤੇ ਰਾਹ ਤੇ ਆ ਗਿਆ ਬਹੁਤ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਮੇਰੇ ਵਿੱਚ ਔਗਣ ਹੈ ਮੈਂ ਨੀਮਾ ਕਰਨਗੇ ਕੀ ਤਰੱਕੀ ਨਹੀਂ ਹੋ ਸਕਦੀ ਸੋ ਇਸ ਕਰਕੇ ਹਮ ਨੀਵੀ ਹਮ ਫਾਰਸੀ ਦਾ ਸ਼ਬਦ ਹੈ ਜੀ ਇਹ ਦੂਸਰੇ ਅਰਥ ਵਿੱਚ ਕਿ तमाम ਜਿੰਨੇ ਜੀਵ ਰੂਪ ਇਸਤਰੀਆਂ ਔਗਣਾ ਕਰਕੇ ਜੀਵੀਆਂ ਨੇ ਸਾਰੇ ਪ੍ਰਭੂ ਬਹੁਤ ਉੱਚਾ ਹੈ ਇਸ ਕਰਕੇ ਮਿਲਾਪ ਨਹੀਂ ਹੋ ਰਿਹਾ ਅੱਗੇ ਦੱਸਦੇ ਹਨ ਤੜਫ ਦੱਸਦੇ ਨੂੰ ਹੁਣ ਕਿਉਂ ਕਰ ਮਿਲਿਆ ਜਾਏ RAM ਇਹ ਮਹਾਤਮਾ ਜੀ ਤੁਸੀਂ ਮਿਲੇ ਹੋ ਮੈਨੂੰ ਦੱਸੋ ਕਿਉਂ ਕਿਵੇਂ ਸਵਾਲੀਆ ਫਿਕਰਾ ਹੈ ਪ੍ਰਸ਼ਨ ਹੈ ਕਿਵੇਂ ਮਿਲਾਂ ਬਿਤ ਬਹੁਤ ਹੈ ਕਿਸ ਤਰ੍ਹਾਂ ਮਿਲਿਆ ਜਾਏਗਾ ਤਾਂ ਅੱਗੋਂ ਫਿਰ ਸੰਤ ਰੂਪ ਸਖੀ ਪ੍ਰਾਪਤੀ ਵਾਲੀ ਜਿਹੜੀ ਉੱਤਰ ਦਿੰਦੀ ਹੈ ਗੁਰ ਮੇਲੀ ਬਹੁ ਕਿਰਪਾ ਧਾਰੇ ਬਖੇ ਤੂੰ ਚਿੰਤਾ ਕਿਉਂ ਕਰ ਰਹੀ ਹੈ ਤੂੰ ਗੁਰੂ ਨੂੰ ਪੁਕਾਰਤਾ ਕਰ ਗੁਰੂ ਤੇਰੀ ਬਾਹ ਫੜੇਗਾ ਗੁਰੂ ਮਲਾਏਗਾ ਤੂੰ ਥੋੜੀ ਬਿਲ ਸਕਦੀ ਹੈ ਗੁਰ ਮੇਲੀ ਪਰ ਜਦੋਂ ਬਹੁ ਕਿਰਪਾ ਦਾ ਹੈ ਜਦੋਂ ਬਹੁਤੀ ਕਿਰਪਾ ਗੁਰੂ ਨਾਨਕ ਨੇ ਕੀਤੀ ਉਸ ਵੇਲੇ ਫਿਰ ਮਿਲਾਪ ਹੋਏਗਾ ਹਰ ਕੈ ਸ਼ਬਦ ਸੁਪਾਏ RAM ਭਰੀ ਪਰਮੇਸ਼ਰ ਦੇ ਸਰੂਪ ਨੂੰ ਮਲਾਉਣ ਵਾਸਤੇ ਗੁਰੂ ਦਾ ਸ਼ਬਦ ਉਪਦੇਸ਼ ਜਿਹੜਾ ਹੈ ਇਹ ਸੁਭਾਏ ਮਾਨ ਹੈ ਰਮੇ ਹੋਏ RAM ਦੇ ਨਾਲ ਮਿਲਾ ਦਿੰਦਾ ਹੈ ਮਿਲ ਸ਼ਬਦ ਸੁਭਾਏ ਆਪ ਗਵਾਏ ਸ਼ਬਦ ਦੇ ਨਾਲ ਮਿਲਣਾ ਇਹ ਹੈ ਇਹ ਆਪਣੇ ਆਪੇ ਨੂੰ ਗਵਾਉਣਾ ਹੰਗਤਾਂ ਦੂਰ ਕਰ ਦੇਣੀ ਫਿਰ ਮਿਲ ਸ਼ਬਦ ਸੁਭਾਏ ਸੋਤੇ ਸਿੱਧੇ ਸ਼ਬਦ ਦੇ ਚ ਮਿਲ ਜਾਂਦਾ ਹੈ ਰੰਗ ਸੋਹਣ ਰਲੀਆਂ ਮਾਣੇ ਤੇ ਰੰਗ ਆਨੰਦ ਦਾ ਰਲੀਆਂ ਖੁਸ਼ੀਆਂ ਨੂੰ ਮਾਨਣਾ ਹੰਡਾਉਣਾ ਕੀਤਾ ਹੈ ਫਿਰ ਇਉਂ ਜਿਗਾਸੂ ਮਹਾਰਾਜ ਸਾਹਿਬ ਦੇ ਟਟਸਤੀ ਹੋ ਕੇ ਟਟਸਤੀ ਵਿਚੋਲੇ ਦਾ ਨਾਮ ਹੈ ਜਿਹੜਾ ਵਿਚਾਲੇ ਹੋ ਕੇ ਦੋਨੇ ਪਾਸੇ ਦੀ ਗੱਲ ਕਰੇ ਮਹਾਰਾਜ ਤਟਸਤੀ ਹੋ ਕੇ ਕਦੇ ਜਿਗਿਆਸੂ ਮੁਖਦਵਾਰਾ ਕਦੇ ਪ੍ਰਾਪਤੀ ਵਾਲੀ ਸਖੀ ਦੇ ਮੁਖਦਵਾਰਾ ਔਰ ਕਿਤੇ ਜਿਗਿਆਸੂ ਦੇ ਮੁਖਦਵਾਰਾ ਤੇ ਇਹ ਤਟਸਤੀ ਹੈ ਵਿਚਾਰੇ ਹੋ ਕੇ ਦੋਨੋਂ ਪੱਖਾਂ ਦੀ ਆਪ ਹੀ ਵਿਚਾਰ ਕਰਦੇ ਨੇ ਮਹਾਰਾਜ ਅੱਗੇ ਦੱਸਦੇ ਨੇ ਜੀ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਸੇਜ ਅੰਤਿਸ਼ ਕਰਨ ਦੀ ਜਾਨਣੀ ਸੇਜ ਦਾ ਅਰਥ ਹੁੰਦਾ ਹੈ ਜਿਹਦੇ ਚ ਸੌਣ ਦੀ ਸਾਰੀ ਸਮਗਰੀ ਹੋਵੇ ਇਹ ਸੌਣ ਦਾ ਮਤਲਬ ਸਾਵਣ ਦਾ ਮੀਨਾ ਨਾ ਸਮਝ ਰਹੇ ਹੋ ਜਿਹੜਾ ਆਰਾਮ ਕਰਦੇ ਆ ਨੀਂਦ ਆਉਂਦੀ ਆ ਸੌਣ ਤੋਂ ਭਾਵ ਹੈ ਉਹਦੇ ਵਿੱਚ ਸੌਣ ਦੀ ਸਮਗਰੀ ਕੀ ਹੈ ਮੰਜਾ ਹੈ ਬਿਸਤਰਾ ਹੈ ਰਜਾਈ ਹੈ ਤਲਾਈ ਹੈ ਸਰਾਣਾ ਸਾਰਾ ਕੁਝ ਕੱਟੇ ਨੂੰ ਸੇਜਾ ਕਹਿ ਦਿੰਦੇ ਇਸ ਦਾ ਅੰਤਿਸ਼ ਕਰਨ ਦੇ ਵਿੱਚ ਸਾਰਾ ਕੁਝ ਹੈ ਸਰਦਾ ਰੂਪੀ ਸੇਜਾ ਹੈ ਇਹ ਅਲੰਕਾਰ ਦੇ ਵਿੱਚ ਮਹਾਪੁਰਖਾਂ ਨੇ ਬਹੁਤ ਕੁਝ ਦਿਆ ਉਹ ਤਾਂ ਲੰਮੀ ਕਥਾ ਹੈ ਕਿ ਇਹ ਸੇਜਾ ਦੇ ਕਿਹੜੇ ਪਾਵੇਂ ਨੇ ਕਿਹੜੀਆਂ ਇਹਦੇ ਵਿੱਚ ਬਾਹੀਆਂ ਨੇ ਕਿਹੜੇ ਇਸ ਦੇ ਸੇਜੇ ਵੰਦਨ ਕਿਹੜੀ ਰਜਾਈ ਹੈ ਕਿਹੜੀ ਤਨਾਈ ਹੈ ਕਿਹੜਾ ਸਰਾਨਾ ਸਾਰਾ ਅੰਤਰੀ ਭਾਪ ਦੇ ਵਿੱਚ ਬਹੁਤ ਵੱਡਾ ਭੰਡਾਰਾ ਇਹਦੇ ਵਿੱਚ ਸੇਜ ਸੁਖਾਲੀ ਅੰਤਿਸ਼ ਕਰਨ ਵੀ ਸੇਜਾ ਸੁਖਾਲੀ ਜਾਂ ਪ੍ਰਭ ਭਾਇਆ ਜੋ ਵਾਹਿਗੁਰੂ ਨੂੰ ਜੀਵ ਰੂਪ ਇਸਤਰੀ ਭਾਵੇਂ ਹੀ ਹੈ ਤੇ ਉਹਦੇ ਲਈ ਤੇ ਅੰਤਿਸ਼ ਕਰਨ ਦੀ ਸ਼ੇਜਾ ਸੁਖਦਾਇਕ ਹੋ ਗਈ ਹੈ ਹਰ ਹਰ ਨਾਮ ਸਮਾਣੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਉਹਦੇ ਸੁਰਤ ਸੁਮਾ ਗਈ ਹੈ ਨਾਨਕ ਸੁਹਾਗਣ ਸਾਵਡ ਭਾਗੇ ਸਾ ਉਹ ਵੱਡ ਭਾਗੀ ਵੱਡਿਆਂ ਭਾਗਾ ਵਾਲੀ ਸੁਹਾਗਣ ਕਹੀ ਜਾਂਦੀ ਹੈ ਜਿਹਨੂੰ ਪਤੀ ਪਰਮਾਤਮਾ ਵਾਹਿਗੁਰੂ ਮਿਲ ਗਿਆ ਜੀਵ ਰੂਪੀ ਸਤਰੀ ਦੀ ਬਾਤ ਹੈ ਨਾਨਕ ਸੁਹਾਗਣ ਸਾਵਡ ਭਾਗਣ ਦੂਸਰਾ ਸੁਹਾਗਣ ਤਾਂ ਬਣੇਗੀ ਵੱਡ ਭਾਗੀ ਦੇ ਦੋ ਅਰਥ ਹੁੰਦੇ ਆ ਇੱਕ ਤਾਂ ਵੱਡੇ ਕਰਮਾਂ ਦੀ ਬਾਤ ਆ ਗਈ ਭਾਗੀ ਨਾਮ ਦੌੜਨ ਦਾ ਹੁੰਦਾ ਹੈ ਭੱਜਣ ਦਾ ਹੈ ਵੱਡ ਨਾਮ ਬਡਪਣ ਦਾ ਹੈ ਬਡਪਣ ਕੀ ਅਹੰਕਾਰ ਜਦੋਂ ਬਡਪਣ ਭੱਜ ਜਾਏ ਦੌੜ ਜਾਏ ਤਾਂ ਫਿਰ ਬਾਕੀ ਜਿਹੜਾ ਰਹਿ ਗਿਆ ਫਿਰ ਸੁਹਾਗਣ ਰਹਿ ਗਈ ਫਿਰ ਹੰਕਾਰ ਚਲਿਆ ਗਿਆ ਵਾਜਗੁਰੂ ਦੀ ਪ੍ਰਾਪਤੀ ਹੋ ਗਈ ਹੈ ਜੇ ਚੱਲੈ ਸਤਗੁਰ ਪਾਏ ਜੇ ਸਤਗੁਰਾਂ ਦੇ ਬਾਣੇ ਅਨੁਸਾਰ ਚੱਲੇ ਤਾਂ ਹਾਂਜੀ ਹਮ ਨੀਵੀਂ ਪ੍ਰਭ ਅਤ ਉਚਾ ਤੇ ਫਿਰ ਪ੍ਰਾਪਤੀ ਕਰਕੇ ਵੀ ਕਹਿਣਾ ਹੈ ਪ੍ਰਭੂ ਬਹੁਤ ਉਚੈ ਅਤ ਉਚਾ ਤਾਕਾ ਦਰਬਾਰਾ ਅੰਪਨਹਿ ਕਿਛ ਪਾਰਾ ਵਾਰਾ ਕੋਟ 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 ਲਗਦਾ ਹੋਇ ਇੱਕ ਤਿਲ ਤਾਕੋ ਮਹਿਲ ਨਾ ਪਾਵੇ ਸੂਹੀ ਕੌਣ ਸਵੇਲਾ ਜਿਤ ਪ੍ਰਮੇਲਾ ਲੱਖ ਭਗਤ ਜਾ ਕੋ ਆਰਾਧੈ ਲੱਖ ਤਪੀ ਸਿਰ ਤਪੀ ਸਕਦਾ ਲੱਖ ਜੁਗੀ ਸਿਰ ਕਰਤੇ ਜੋਗਾ ਘਟ ਘੜ ਵਸੇ ਜਾਣਾ ਤੋਰਾ ਹੈ ਕੋਈ ਸਾਜਨ ਪਰਦਾ ਤੋਰਾ ਕਹਿੰਦੇ ਕਰੋ ਯਤਨ ਜੇ ਹੋਈ ਮਹਿਰਮਾਨਾ ਤੌਂਕ ਦੇ ਜੀਉ ਕੁਰਬਾਨਾ ਫਿਰਤ ਫਿਰਤ ਸੰਤਨ ਪੈ ਆਇਆ ਦੂਖ ਪ੍ਰਮ ਹਮਾਰਾ ਸਗਲ ਮਟਾਇਆ ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੁੰਚਾ ਕਵ ਨਾਨਕ ਪ੍ਰਭ ਮੇਰਾ ਉੱਚਾ ਐਸਾ ਵਾਈਬ੍ਰੂ ਹੈ ਉੱਚਾ ਤੇ ਅਸੀਂ ਨਹੀਂ ਮਿਆਂ ਪ੍ਰਭੂ ਉੱਚਾ ਹੈ ਜੀ ਕਿਉਂ ਕਰ ਮਿਲਿਆ ਜਾਏ ਰਾਮ ਕਿਵੇਂ ਮਿਲਿਆ ਜਾਏ ਕਹਿੰਦੇ ਭਾਈ ਆਪਣਾ ਆਪਾ ਗਵਾ ਕਰਕੇ ਘਟ ਘਟੇ ਸਭਨਾ ਵਿੱਚ ਏਕੋ ਘਟ ਹਿਰਦੇ ਦਾ ਨਾਮ ਹਿਰਦਿਆਂ ਹਿਰਦਿਆਂ ਦੇ ਵਿੱਚ ਇੱਕ ਅਖੰਡ ਸਰੂਪ ਵਾਹਿਗੁਰੂ ਹੈ ਸਾਰੇ ਭਾਈ ਇੱਕੋ ਰਾਮ ਪਤਾਰੋ ਰਾਮ ਰਾਮਿਆ ਹੋਇਆ ਰਾਮ ਇੱਕੋ ਹੀ ਸਭਨਾਂ ਦਾ ਪਤਾਰੋ ਪਤੀ ਹੈ ਠਾਕੁਰ ਏਕ ਸਵਾਈ ਨਾਰ ਪਤੀ ਤਾਂ ਭਾਈ ਉਹੀ ਹੈ ਵਾਹਿਗੁਰੂ ਬਾਕੀ ਤਾਂ ਆਤਮਾ ਰੂਪ ਹੋ ਕਰਕੇ ਇਸਤਰੀਆਂ ਇਨਸਾਨੀ ਹੈ ਇਸ ਯੁੱਗ ਮੇ ਪ੍ਰਖ ਇਕ ਹੈ ਹੋਰ ਸਗਲੀ ਨਾਰ ਸੁਵਾਈ ਉਹ ਭਾਵ ਲਿਆ ਹੈ ਇਕ ਨਾ ਪ੍ਰਭ ਦੂਰ ਵਸੈ ਇਕ ਨਾ ਨੂੰ ਮਨਮੁਖਾਂ ਨੂੰ ਪ੍ਰਭ ਜਿਹੜਾ ਹੈ ਉਹ ਪ੍ਰਭ ਦਾ ਨਾਮ ਪ੍ਰਭ ਉਹ ਦੂਰ ਵਸਦਾ ਨਾ ਜਿਹੜਾ ਵੀ ਪਤਾ ਨਹੀਂ ਕਿੱਥੇ ਰਹਿੰਦਾ ਜੀ ਰੱਬ ਪਤਾ ਹੀ ਨਹੀਂ ਹੈ ਹੈ ਵੀ ਜਾਂ ਨਹੀਂ ਹੈ ਉਹਨਾਂ ਤੋਂ ਦੂਰ ਹੈ ਮਨਮੁਖਾਂ ਤੋਂ ਇਕ ਨਾ ਮੰਨ ਆਰਾਧੋ ਰਾਮ ਇਕ ਨਨੇ ਜਿਹੜੇ ਜਾਣ ਕੇ ਬਿ ਸਦਾ ਅੰਗ ਸੰਗੇ ਅਪੰਗੰ ਵਿਪੂਤੇ ਉਹ ਸਦਾ ਹੀ ਅੰਗ ਸੰਗੇ ਜਾਣਿਆ ਹੈ ਗੁਰ ਮੇਰੇ ਸੰਗ ਸਦਾ ਹੈ ਨਾ ਦੇ ਤੇ ਇਸ ਕਰਕੇ ਫਿਰ ਉਹ ਇਸ ਪ੍ਰਕਾਰ ਦਾ ਵੀ ਮੇਰੇ ਨਾਲ ਹੀ ਹੈ ਮਨ ਦੇ ਵਿੱਚ ਮੇਰੇ ਤਾਂ ਮਨ ਦਾ ਆਸਰਾ ਹੀ ਉਹ ਹੈ ਰਾਮ ਰਮਿਆ ਹੋਇਆ ਵਾਹਿਗੁਰੂ ਇਕ ਨਾ ਮਨ ਆਰਾਧੋ ਸਿਰਜਨਹਾਰੋ ਇਕ ਨਾ ਨੇ ਮਨ ਕਰਕੇ ਉਹਨੂੰ ਅਰਦਾਇਆ ਸਿਰਜਨਹਾਰ ਸੰਸਾਰ ਦੇ ਪੈਦਾ ਕਰਨ ਵਾਲੇ ਵਾਹਿਗੁਰੂ ਨੂੰ ਵਡਭਾਗੇ ਗੁਰ ਪਾਇਆ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਗੁਰਦੁਆਰਾ ਵਾਹਿਗੁਰੂ ਨੂੰ ਪਾਲਿਆ ਉਹ ਚੰਗੇ ਕਰਮਣ ਉਹਨਾਂ ਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਿਹਾ ਹੈ ਘਟ ਘਟ ਹਰ ਘਟ ਘਟ ਹਰ ਪ੍ਰਭ ਏਕੋ ਸਵਾਮੀ ਘਟਾਂ ਘਟਾਂ ਵਿੱਚ ਉਹ ਇੱਕੋ ਹੀ ਸਵਾਮੀ ਮਾਲਕ ਹਰੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ ਗੁਰਮੁਖ ਲਖ ਲਖਾਇ ਤੇ ਉਹ ਹੈ ਤਾਂ ਅਲਖ ਯਾਨੀ ਉਹ ਸ਼ਕਤੀ ਵਰਤੀ ਕਰਕੇ ਤਾਂ ਜਾਣਿਆ ਨਹੀਂ ਜਾਂਦਾ ਲਖਣਾ ਵਰਤੀ ਦੁਆਰਾ ਜਾਣਿਆ ਜਾਂਦਾ ਇਸ ਕਰਕੇ ਫਿਰ ਉਹ ਜਾਂ ਇਹ ਵੀ ਅਰਥ ਸੰਤ ਗਿਆਨੀ ਗੁਰਬਚਨ ਸਿੰਘ ਜੀ ਸਾਡੇ ਵੱਡੇ ਮਹਾਂਪੁਰਖਾਂ ਨੇ ਕੀਤਾ ਸੀ ਉਹ ਮੇਰੀ ਸਿਮਰਤੀ ਜਾ ਗਿਆ ਉਹ ਐਸਾ ਹੈ ਕਿ ਅਸ਼ੁੱਧ ਮੰਨ ਕਰਕੇ ਲਿਖਿਆ ਨਹੀਂ ਜਾਂਦਾ। ਸੁਧ ਮੰਨ ਕਰਕੇ ਉਹਨੂੰ ਲਿਖਾਇਆ। ਗੁਰੂ ਸਾਹਿਬ ਦੇ ਸਿੱਖ ਦੇ ਮਨ ਨੂੰ ਸੁਧ ਕਰਕੇ ਜਣਾ ਦਿੰਦੇ ਐ। ਸੁਧ ਮੰਨ ਦੇ ਵਿੱਚ ਜਾਣਿਆ ਜਾਂਦਾ ਹੈ। ਸਹਿਜ ਆਨੰਦ ਹੋ ਆਮਨ ਮੰਨਿਆ। ਸੁਤੇ ਸਿਧ ਹੀ ਆਨੰਦ ਉਹਦੇ ਵਿੱਚ ਪ੍ਰਾਪਤ ਹੋ ਗਿਆ ਉਹਨੂੰ ਜਦੋਂ ਗੁਰੂ ਦੇ ਉਪਦੇਸ਼ ਤੇ ਮਨ ਮੰਨ ਗਿਆ। ਨਾਮ ਦੇ ਉੱਤੇ ਮਨ ਮੰਨ ਗਿਆ। ਤੇ ਫਿਰ ਉਸ ਨੂੰ ਸਹਿਜ ਸੋਤੇ ਸਿੱਧੇ ਆਨੰਦ ਪ੍ਰਾਪਤ ਹੁੰਦਾ ਹੈ ਨਾਨਕ ਬ੍ਰਹਮ ਵਿਚਾਰੋ ਗੁਰੂ ਸਾਹਿਬ ਜੀ ਕਹਿੰਦੇ ਇਹ ਬ੍ਰਹਮ ਵਿਆਪਕ ਪਰਮਾਤਮਾ ਦੀ ਵਿਚਾਰ ਹੈ ਜੋ ਗੁਰਬਾਣੀ ਦੇ ਸ਼ਬਦ ਇਹ ਬ੍ਰਹਮ ਦੀ ਵਿਚਾਰ ਇਹ ਬ੍ਰਹਮ ਵਿਦਿਆ ਕਹਿੰਦੇ ਨੇ ਇਸ ਤੇ ਇਸ ਕਰਕੇ ਹੋਰ ਵਿਦਿਆ ਦਾ ਖੰਡਨ ਹੈ ਪੜਿਆ ਮੂਰਖ ਆਖੀਏ ਐਸਾ ਵੀ ਕਿਹਾ ਲੇਕਿਨ ਬ੍ਰਹਮ ਵਿਦਿਆ ਨੂੰ ਕਿਤੇ ਨਹੀਂ ਖੰਡਨ ਕੀਤਾ ਗਿਆ ਇਹ ਬ੍ਰਹਮ ਵਿਦਿਆ ਖਾਲਸੇ ਨੂੰ ਆਪ ਸਿਖਾ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸੋ ਇਸ ਕਰਕੇ ਇਹ ਬ੍ਰਹਮ ਦੀ ਵਿਚਾਰ ਹੈ ਲੋਕ ਜਾਣੇ ਇਹ ਗੀਤ ਹੈ ਲੋਕਾਂ ਨੇ ਸਮਝ ਲਿਆ ਵੀ ਇਹ ਕੰਨ ਰਸ ਹੈ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਇਹ ਤੋਂ ਬ੍ਰਹਮ ਦੀ ਵਿਚਾਰ ਹੈ ਆਪਣੀ ਆਤਮਾ ਦੀ ਵਿਚਾਰ ਹੈ ਆਪਣੀ ਆਤਮਾ ਦੀ ਲਖਤਾ ਕਰਨੀ ਹੈ ਸੋ ਇਸ ਕਰਕੇ ਹੈ ਅਗੇ 10 ਦਿਨ ਜੀ ਘਟ ਘਟੇ ਸਭਨਾ ਵਿੱਚ ਏਕੋ ਘਟਾਂ ਘਟਾਂ ਸਵੇ ਘਟਨਾਮ ਬੋਲੇ ਰਾਮਾ ਬੋਲੇ RAM ਬਿਨਾਂ ਕੋ ਬੁਲੈਰੇ ਏਕਲਮਾਟੀ ਪੁੰਚ ਰਚੀਟੀ ਭਜਨ ਹੈ ਬੋਰਨਾਰੇ ਅਸਥਾਵਰ ਜੰਗਮ ਕੀਟ ਪਤੰਗੋਂ ਘਟ ਘਟ ਰਾਮ ਸਮਾਨ ਆਦੇ ਇਹ ਸਾਰੀ ਜਗ੍ਹਾ ਉਹ ਵਾਹਿਗੁਰੂ ਘਟਾਂ ਘਟਾ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਉਹ ਵਿਰਾਜਮਾ ਹੈ ਕਟਕੜ ਵਾਸੀ ਸਰਵਨਿਵਾਸੀ ਨਿਹਰੇ ਹਉ ਤੇ ਨਿਹਰਾ ਉਹ ਸਰਨਾ ਦੇ ਨਾਲ ਹੈ ਇਹ ਸਭਨਾਂ ਦੇ ਵਿੱਚ ਹੈ ਏਕੋ ਰਾਮ ਪਤਾਰੋ ਰਾਮ ਇਕ ਰਮਿਆ ਹੋਇ ਰਾਮ ਸਾਰਿਆਂ ਦਾ ਪਤਾਰੋ ਪਤੀ ਹੈ ਤਿੰਨਾਂ ਲੋਕਾਂ ਦੇ ਜੀਵਨ ਦਾ ਪਤੀ ਹੈ ਐਸਾ ਉਹ ਮਾਲਕ ਹੈ ਪਰਮੇਸ਼ਰ ਰਮਿਆ ਹੋਇ ਵਾਹਿਗੁਰੂ ਗੁਰ ਸੇਵਨ ਸਤ ਗੁਰ ਦਾਤਾ ਤੇ ਜਿਹੜੇ ਭਾਈ ਗੁਰਸਿੱਖ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਨੂੰ ਨਾਮ ਦਾ ਦਾਤਾ ਗਿਆਨ ਦਾ ਦਾਤਾ ਇਹ ਸਮਝ ਕਰਕੇ ਗੁਰੂ ਨੂੰ ਸੇਵਨਾ ਕਰਦੇ ਆ ਗੁਰੂ ਦੀ ਸੇਵਾ ਕਰਦੇ ਆ ਵਿੱਚ ਦੁਨੀਆ ਸੇਵ ਕਮਾਈ ਹੈ ਤੰਦਰ ਕਹਿ ਵੈਸਣ ਪਾਈ ਤੇ ਸੇਵਾ ਦੇ ਨਾਲ ਅੰਤਿਸ਼ਕਰਨ ਸ਼ੁੱਧ ਹੁੰਦਾ ਹੈ ਨਿਸ਼ਕਾਮ ਸੇਵਾ ਅੰਤਿਸ਼ਕਰਨ ਸ਼ੁੱਧ ਕਰਦੀ ਹੈ ਸਕਾਮ ਸੇਵਾ ਬਾਸ਼ਨਾ ਤਾਂ ਪੂਰੀ ਹੋ ਜਾਂਦੀ ਪਰ ਮਨ ਮੈਲਾ ਹੀ ਰਹਿੰਦਾ ਹੈ ਸ਼ੁੱਧ ਅੰਤਿਸ਼ਕਰਨ ਵਿੱਚ ਨਾਮ ਟਿਕਦਾ ਹੈ ਨਾਮ ਟਿਕੇ ਤੋਂ ਗਿਆਨ ਆਉਂਦਾ ਹੈ ਗਿਆਨ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਮੁਕਤੀ ਵਾਹਿਗੁਰੂ ਪਰਮੇਸ਼ਰ ਦੀ ਅਪੇਤਾ ਵਾਹਿਗੁਰੂ ਦਾ ਮਿਲਾਪ ਹੈ ਸੋ ਇਸ ਪ੍ਰਕਾਰ ਇਹ ਤਰਤੀਬ ਹੈ ਉਹ ਦਾਤਾ ਪਰਮੇਸ਼ਰ ਵਾਹਿਗੁਰੂ ਇਉਂ ਪ੍ਰਾਪਤ ਹੁੰਦਾ ਹੈ ਸਤਿਗੁਰੂ ਦਾ ਤਿੰਨ ਨਾਮ ਦੇ ਸਤਿਗੁਰੂ ਪਾਸ ਬੇਨਤੀਆਂ ਮਿਲੇ ਨਾਮ ਆਧਾਰਾ ਕਿ ਸੱਚੇ ਪਾਤਸ਼ਾਹ ਤੋਂ ਨਾਮ ਮਿਲ ਜਾਏ ਬੇਨਤੀਆਂ ਹਨ ਹਰ ਨਾਮ ਸਮਾਇਆ ਜਗਿਆਸੂ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ ਉਹਦੇ ਨਾਮ ਦੇ ਉਹਦੀ ਬਿਰਤੀ ਸਮਾ ਜਾਂਦੀ ਹੈ ਰਮੇ ਹੋ ਰਾਮ ਵਿੱਚ ਹੈ ਭਾਈ ਹਰ ਹਰ ਰਾਮ ਸਮਾਇਆ ਰਾਮ ਰਾਮ ਰਮੇ ਹੋਈ ਪਰਮੇਸ਼ਰ ਦੇ ਵਿੱਚ ਉਹ ਹਰ ਹਰ ਦੂਬਾਰੀ ਹੈ ਉਹਨਾਂ ਦੇ ਤਾਂ ਭਾਈ ਤਨ ਦੇ ਵਿੱਚ ਹੀ ਹਰੀ ਪਰਮੇਸ਼ਰ ਸਮਾ ਗਿਆ ਹੈ ਮਨ ਦੇ ਵਿੱਚ ਵੀ ਸਮਾ ਗਿਆ ਹੈ ਹਰ ਤੂੜ ਦਿਓ ਮੈਂ ਪੂਰੇ ਗੁਰ ਕੇ ਫਿਰ ਜਗਿਆਸੂ ਕਹਿੰਦੇ ਜੀ ਹੁਣ ਮੇਰੇ ਬਾਤ ਸਮਝਾ ਵੀ ਬਾਤ ਗੁਰੂ ਤੋਂ ਬਿਨਾ ਨਹੀਂ ਬਣ ਸਕਣੀ ਤੇ ਹੁਣ ਮਹਾਰਾਜ ਕਿਰਪਾ ਕਰੋ ਹੇ ਅਕਾਲ ਪੁਰਖ ਜੀ ਹਰ ਧੂੜ ਦੇਹੁ ਮੈਂ ਪੂਰੇ ਗੁਰ ਕੀ ਜਿਹੜਾ ਪੂਰਾ ਗੁਰੂ ਹੈ ਉਹਦੇ ਚਰਨਾਂ ਦੇ ਧੂੜ ਦੇ ਦਿਓ ਮੈਂ ਮੱਥੇ ਨੂੰ ਲਾਵਾ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤ ਬਲਾਈ ਤੇ ਇਸ ਪ੍ਰਕਾਰ ਧੂੜੀ ਲੇਖ ਮਟਾਇਆ ਤੇ ਧੂੜੀ ਦੇ ਅੰਦਰ ਜਨ ਕੇ ਚਰਨ ਤੀਰਥ ਕੋਟ ਗੰਗਾ ਇਸ ਪ੍ਰਕਾਰ ਕਿਹਾ ਹੈ ਹਾਂ ਪਾਪੀ ਮੁਕਤ ਕਰਾਇਆ ਰਾਮ ਕਹਿੰਦੇ ਚਰਨ ਧੂੜ ਕਿਉਂ ਮੰਗਦਾ ਹੈ ਜਗਾਸੂ ਕਹਿੰਦੇ ਜਿ ਮੈਨੂੰ ਪਤਾ ਚੱਲ ਗਿਆ ਕਿ ਗੁਰੂ ਨੇ ਮੁਕਤੀ ਦੇਣੀ ਹੈ ਤੇ ਜਿਨੇ ਮੁਕਤੀ ਦੇਣੀ ਹੈ ਫਿਰ ਮੈਂ ਤਾਂ ਉਹਨਾਂ ਦੀ ਚਰਨ ਧੂੜ ਆ ਜਾਮਾ ਮੈਂ ਪਾਪੀ ਹਾਂ ਮੈਨੂੰ ਮੁਕਤ ਉਸ ਨੇ ਕਰਾਉਣਾ ਹੈ ਬੜੇ ਬੜੇ ਪਾਪੀ ਮੁਕਤ ਕਰਾਇਆ ਕਰਾਏ ਤੇ ਮੈਨੂੰ ਵੀ ਕਰਾਏਗਾ ਜਿਹੜਾ ਪਾਪ ਸ਼ਬਦ ਹੈ ਨਾ ਰੋਜ਼ ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਤਾਂ ਸਾਰੀ ਕਰਦੇ ਹੋ ਅਸੰਖ ਪਾਪੀ ਪਾਪ ਕਰ ਜਾਏ ਪਰ ਪਾਪ ਵਾਲੇ ਸਮਝਣ ਦੀ ਲੋੜ ਹੈ ਇਹ 10 ਕਿਸਮਾਂ ਨੇ ਜਿਹੜੀਆਂ ਪਾਪ ਦੀਆਂ ਹੁਣ ਜਦੋਂ ਕਿਸਮਾਂ ਦਾ ਹੀ ਨਹੀਂ ਪਤਾ ਹੋਊਗਾ ਖਵਰੇ ਕਿਹੜੀ ਕਿਸਮ ਦਾ ਕਰ ਲਈਏ ਉਹ ਸਾਨੂੰ ਹੀ ਲੱਗੇ ਵੀ ਇਹ ਕਿਹੜਾ ਪਾਪ ਹੈ ਕਿਸਮਨ ਨਾ ਤੇ ਇਸ ਕਰਕੇ ਹੈ ਤੇ ਚਲੋ ਇਹੋ ਜਿਹੇ ਸਿਧਾਂਤਕ ਵਿਚਾਰਾਂ ਜਿਹੜਾ ਉਹ ਸਮੇਂ ਦੇ ਮੁਤਾਬਕ ਕਿਉਂਕਿ ਰਾਗੀ ਸਿੰਘ ਆਏ ਹੋਣੇ ਇਸ ਕਰਕੇ ਥੋੜਾ ਜਿਹਾ ਸਮਾਂ ਨਾਲੇ ਇਹ ਅਧਿਕਾਰ ਹੀ ਹੁੰਦਾ ਹੈ ਪ੍ਰਬੰਧਕਾਂ ਦੇ ਕੋਲ ਨੇ ਪ੍ਰਬੰਧ ਚਲਾਉਣਾ ਇਹ ਸਮੇਂ ਨੂੰ ਅਦਲਾ ਬਦਲੀ ਕਰ ਲੈਣਾ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹਸਤੇ ਪਰ ਸ਼ਬਦ ਉਨਈ ਹੈ ਤੇ ਸਮਾਂ ਜਿਹੜਾ ਘਟ ਕੇ ਜਿਹੜੇ ਪੌਣੇ ਘੰਟੇ ਤੋਂ ਘਟ ਗਿਆ ਕਿਉਂ 5 ਮਿੰਟ ਰੱਗੇ ਸੀ ਹੋਰ ਤੇ ਲਾ ਕੇ ਤੇ ਮੇਰਾ ਸਵਾਲ ਥੋੜਾ ਜਿਹਾ ਸਮੇਂ ਦੇ ਵਿੱਚ ਰਹਿਣ ਦਾ ਹੈ ਪਰ ਪੌਣਾ ਘੰਟੇ ਦਾ ਮੈਂ ਪੂਰਾ ਕਰੂੰਗਾ ਤਾਂ ਕੋਈ ਗੱਲ ਨਹੀਂ ਹੈ ਤੇ ਇਸ ਕਰਕੇ ਆ ਵੀ ਜਿਹੜਾ ਪਾਪੀ ਪਾਪ ਕਰ ਜਾਏ ਦੀ ਬਾਤ ਹੈ ਜਾਂ ਪਾਪ ਹੈ ਨੂੰ ਸਮਝ ਲਓ ਤਿੰਨ ਕਿਸਮਾਂ ਪਾਪ ਦੀਆਂ ਨੇ ਜਿਹੜੀਆਂ ਸਾਡੇ ਜਿਸਮ ਦੇ ਨਾਲ ਹੁੰਦੀਆਂ ਚੋਰੀ ਕਰਨੀ ਹੈ ਤਾਂ ਫਿਰ ਚੋਰੀ ਹੱਥਾਂ ਨਾਲ ਹੋਏਗੀ ਬਿਨਾਂ ਦਿੱਤੀ ਵਸਤੂ ਗ੍ਰਹਿਣ ਕਰਨੀ ਚੋਰੀ ਕਰਨੀ ਉਹ ਤਨ ਦੀ ਵੀ ਚੋਰੀ ਹੋ ਸਕਦੀ ਹੈ ਭਰਾਏ ਤਾਂ ਦੀ ਤੇ ਤਨ ਦੀ ਵੀ ਹੋ ਸਕਦੀ ਹੈ ਚੋੜ ਤਾਂ ਚੋਰੀ ਹੈ ਚੋੜ ਦੀਆਂ ਵੀ ਕਈ ਕਿਸਮਾਂ ਕਹਿਰ ਤੇ ਇੱਕ ਤਾਂ ਇਹ ਚੋਰੀ ਬਿਨਾਂ ਦਿੱਤੀ ਵਸਤੂ ਗ੍ਰਹਿਣ ਕਰਨੀ ਯਾਨੀ ਚੋਰੀ ਕਰਨਾ ਤੇ ਦੂਸਰਾ ਜੀਵ ਹਿੰਸਾ ਕਰਨੀ ਜੀਵ ਦੇ ਸਵਾਦ ਵਾਸਤੇ ਜੀਵ ਘਾਤ ਕਰਕੇ ਉਹਨਾਂ ਦਾ ਮਾਸ ਖਾਣਾ ਅਸੰਖ ਗੱਲ ਵੱਡ ਹਤਿਆਕ ਮੈਂ ਇਹ ਕਿਦੇ ਵਾਸਤੇ ਆ ਜੀ ਉਪਦੇਸ਼ ਕੀ ਸਿੱਖਾਂ ਵਾਸਤੇ ਨਹੀਂ ਇਸ ਕਰਕੇ ਹੁਣ ਕਥਾ ਨੇ ਇਹ ਗੱਲਾਂ ਕਹਿਣੀਆਂ ਫਿਰ ਜਿਹੜੇ ਇਹ ਕੁਛ ਕਰਨ ਵਾਲੇ ਨੂੰ ਕਹਨ ਨੂੰ ਸੁਣਨਗੇ ਕਥਾ ਤੇ ਕਹਿਣਗੇ ਇੱਥੋਂ ਜਾਣਾ ਹੀ ਚੰਗਾ ਇਹ ਛੱਡ ਹੀ ਨਹੀਂ ਹੁਣ ਆਪਣੇ ਕੋਲੋਂ ਵੀ ਤੋਂ ਸੋ ਇਸ ਕਰਕੇ ਦੂਸਰੀ ਹੈ ਤਨ ਦੀ ਤਨ ਦਾ ਪਾਪ ਜਿਹੜਾ ਜੀਵਾਂ ਦਾ ਕਾਤ ਕਰਨਾ ਹੈ ਤੇ ਤੀਸਰੀ ਜਿਹੜਾ ਪ੍ਰਾਏ ਸਰੀਰ ਦਾ ਮੰਦੀ ਵਾਸ਼ਨਾ ਦੇ ਨਾਲ ਉਹਦੀ ਪ੍ਰਾਪਤੀ ਵਾਸਤੇ ਪ੍ਰਾਏ ਸਰੀਰ ਦਾ ਸੰਕਰਣ ਇਹ ਬਚਰ ਕਰ ਰਹਿ ਤ੍ਰੱਕੀ ਕਾਲ ਸੇਵਾਸੇ ਮਹਾਰਾਜ ਨੇ ਦੇਖ ਬਰਾਈਆਂ ਚੰਗੀਆਂ ਮਾਵਾ ਪਹਿਣਾ ਪਿਆ ਜਾਣਾ ਤੇ ਬੀਬੀਆਂ ਨੂੰ ਕਿਹਾ ਤੇ ਤੁਸੀਂ ਵੱਡਿਆਂ ਨੂੰ ਪਿਤਾ ਤੇ ਬਰਾਬਰ ਜਿਆ ਨੂੰ ਭਰਾ ਤੇ ਛੋਟੇ ਨੂੰ ਪੁੱਤਰ ਸਮਝਣਾ ਇਹ ਪਾਪ ਨਹੀਂ ਕਰਨੀ ਇਹਦੀ ਸਜ਼ਾ ਹੈ ਪਾਪ ਕਲਿੰਦਰ ਸਰ ਪਰ ਮੁਠੇ ਅਜਰਾ ਈਰ ਫੜੇ ਫਰ ਕੋ ਦੋਜਕ ਪਿਆ ਸਿਰਜਣ ਹਰੇ ਲੇਖਾ ਮੰਗੇ ਪਾਣੀ ਨਾਨਕ ਆਖੇ ਰੇ ਮਨ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇ ਸ਼ੀਆ ਇਹ ਖਿਆਲ ਚ ਨਾ ਪਾਪ ਕਰ ਲੈਣਾ ਕਿ ਮੈਨੂੰ ਪੁੱਛਣ ਵਾਲਾ ਨਹੀਂ ਕੋਈ ਹੈਗਾ ਰਤਿਉ ਮਾਸਾ ਤੋਲ ਕਢਾ ਜਾਂਦਾ ਤੇ ਇਹ ਤਿੰਨ ਹੋ ਗਏ ਤੇ ਚਾਰ ਪਾਪ ਨੇ ਜਿਹੜੇ ਸਾਡੇ ਮਨ ਦੁਆਰਾ ਲੱਗਦੇ ਇਹ ਸਹਿਜ ਪਾਉਣ ਕਰਨ ਵਾਲੀ ਗੱਲ ਸੀ ਤੇ ਮੈਂ ਥੋੜਾ ਜਿਹਾ ਕਾਲੀ ਨਾਲ ਕਰ ਰਿਹਾ ਚਾਰ ਪਾਪ ਉਹ ਨੇ ਜਿਹੜੇ ਮਨ ਕਰਦਾ ਹੈ ਪਹਿਲੀ ਬਾਤ ਮਨ ਦੇ ਵਿੱਚ ਕਿਸੇ ਦਾ ਬੁਰਾ ਚਿਤ ਬਲਿਆ ਇਹਦਾ ਮੈਂ ਆ ਨੁਕਸਾਨ ਕਰਿਆ ਨਹੀਂ ਲੇਕਿਨ ਚਿਤੋਂ ਨਹੀਂ ਕਰਦਾ ਇਮਾਨਸਿਕ ਪਾਪ ਹੋ ਗਿਆ ਦੂਜੇ ਦੀ ਵਸਤੂ ਲੈਣ ਦੀ ਇੱਛਾ ਕਰ ਲਈ ਹੈ ਫਿਰ ਉਹਦਾ ਨੁਕਸਾਨ ਕਰਨ ਦੇ ਲਈ ਸੋਚ ਲਿਆ ਔਰ ਫਿਰ ਜਿਹੜਾ ਮਨ ਦੇ ਵਿੱਚ ਜਿਹੜਾ ਐਸਾ ਖਿਆਲ ਪੈਦਾ ਹੋਇਆ ਹੈ ਵੀ ਇਹ ਵਸਤੂ ਮੈਂ ਆਪਣੇ ਕਬਜ਼ੇ ਚ ਲੈਣਾ ਇਹ ਸੋਚੇ ਹੀ ਹੈ ਸਾਰਾ ਅਨਰਥ ਬੋਲਣਾ ਜਿਹਦਾ ਅਰਥ ਹੀ ਨਹੀਂ ਕੋਈ ਬਣ ਰਿਹਾ ਇਸ ਕਰਕੇ ਇਹ ਮਾਨਸਿਕ ਪਾਪ ਕਹਿ ਲਉਂਦੇ ਨੇ ਤੇ ਤਿੰਨ ਜਿਹੜੇ ਪਾਪਨ ਉਹ ਬਾਣੀ ਦੇ ਬੋਲਣ ਦੇ ਆ ਇਸ ਕਰਕੇ ਇਹ ਆਪਾਂ ਇਹਨਾਂ ਨਾ ਸਾਰੇ 10 ਪਾਪਾਂ ਦਾ ਕਿਤੇ ਮੈਂ ਫੇਰ ਵਿਚਾਰ ਕਰ ਲਵਾਂ ਕਿਉਂਕਿ ਸੁਈ ਨਹੀਂ ਆ ਗਿਆ ਦਿੰਦੀ ਹੈ ਮੈਂ ਮੇਰੇ ਧਿਆਨ ਉਧਰ ਗਿਆ ਤੇ ਉਧਰ ਟੁੱਟ ਗਈ ਸੁਰਤ ਉਸੇ ਵੇਲੇ ਇਹ ਮੈਂ ਤਰਤੀਬ ਤੁਹਾਨੂੰ ਫੇਰ ਕਿਤੇ ਸੁਣਾ ਦਿਆਂਗਾ ਉਹਨੇ ਇਹਨੂੰ ਰੋ ਵਿਚਾਰੇ ਕਹਿ ਸਕਦੇ ਹਾਂਜੀ ਤੇ ਸ਼ਬਦ ਵੀ ਰਹਿੰਦੇ ਜੀ ਇਸ ਕਰਕੇ ਹਾਂ ਜੀ ਪਾਪੀ ਮੁਕਤ ਕਰਾਇਆ ਕੋਈ ਬਾਤ ਨਹੀਂ ਮੀਆਂ ਮਰ ਗਿਆ ਕਿ ਰੋਜੇ ਮੁੱਕ ਗਏ ਕੱਲ ਨੂੰ ਸੀ ਪਰਸੋਂ ਨੂੰ ਸੀ ਵਿੱਚ ਪਾਪੀ ਸ਼ਬਦ ਕਿਤੇ ਨ ਕਿਤੇ ਆ ਹੀ ਜਾਣਾ ਹੈ ਫਿਰ ਕਰਾਂਗੇ ਹਾਂ ਜੀ ਅੱਗੇ ਚੋ ਪਾਪੇ ਮੁਕਤ ਕਰਾਏ ਆਪ ਗਵਾਏ ਜਿਨ੍ਹਾਂ ਨੇ ਆਪਾ ਗਵਾ ਦਿੱਤਾ ਹੈ ਉਹਨਾਂ ਪਾਪੀਆਂ ਨੂੰ ਵੀ ਅਜਾਮਲ ਪਾਪੀ ਸੀ ਅਜਾਮਲ ਪਾਪੀ ਜਗ ਜਾਣੇ ਨਿਮਖਵੇਂ ਨੇ ਸਤਾਰਾ ਐਸੀ ਵੀ ਜੇ ਮੈਲ ਕਪੜੇ ਨੂੰ ਲੱਗ ਸਕਦੀ ਹੈ ਤਾਂ ਲੈ ਵੀ ਤਾਂ ਸਕਦੀ ਹੈ ਜੇ ਪਾਪ ਹੋ ਗਿਆ ਜਾਣੇ ਅਣਜਾਣੇ ਤਾਂ ਫਿਰ ਲੈ ਵੀ ਤਾਂ ਸਕਦਾ ਹੈ ਪਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਵਾ ਕਰੇ ਤੋਤਾ ਜਾ ਸਕਦਾ ਬਸ ਕੋਈ ਅਸੀਬਾ ਇਹ ਇਸ ਕਰਕੇ ਪਾਪੀਆਂ ਨੂੰ ਵੀ ਮੁਕਤ ਕਰਾ ਦਿੱਤਾ ਹੈ ਐਸੀ ਨਾਮ ਦੀ ਸ਼ਕਤੀ ਹੈ ਨਿਜ ਕਰਪਾਇਆ ਵਾਸਾ ਨਿਜ ਆਪਣੇ ਸਰੂਪ ਦੇ ਵਿੱਚ ਉਹਨਾਂ ਨੇ ਵਸਣਾ ਪਾ ਲਿਆ ਹੈ ਸੱਚਖੰਡ ਦੇ ਵਿੱਚ ਵਾਸਾ ਪਾ ਲਿਆ ਨਿਜ ਕਰ ਮਹਿਲ ਪਾਵੋ ਸੁਖ ਸਿਖ ਦੇ ਵਾਰ ਨਾਏ ਕੋ ਫੇਰਾ ਮੁੜ ਕੇ ਫਿਰ 바ਸਾ ਨਹੀਂ ਹੋਏਗਾ ਨਰਕ ਚ ਨਹੀਂ 바ਸਾ ਹੋਏਗਾ ਬੇਗਬੂਧੇ ਸੁਖ ਰਹਿਣ ਵਿਹਾਣੀ ਜਿਹੜੀ ਬੁੱਧ ਵਿਵੇਕ ਵਾਲੀ ਹੋ ਗਈ ਹੈ ਉਹਦੀ ਉਮਰ ਰੂਪੀ ਰਾਤ ਸੁਖਾਂ ਦੀ ਬਤੀਤ ਹੋਏਗੀ ਸਮਝ ਲੈਣਾ ਹੈ ਉਮਰ ਉਮਰ ਇੱਕ ਰਾਤ ਹੈ ਜਿੰਨੀ ਲੰਮੀ ਉਮਰ ਹੈ ਉੰਨੀ ਲੰਮੀ ਰਾਤ ਹੈ ਉਸ ਜੀਵ ਦੀ ਉਹਦੀ ਜਿਹਦੀ ਬੁੱਧ ਦੇ ਵਿੱਚ ਵਿਵੇਕ ਹੈ ਵਿਵੇਕ ਕਿਸ ਨੂੰ ਕਹਿੰਦੇ ਨੇ ਬਿਬ ਨਾਮ ਦੋਦ ਹੈ ਦੋ ਤੋਂ ਇੱਕ ਹੋਣ ਦਾ ਗਿਆਨ ਹੁਣ ਰੱਬ ਵਖਰਾ ਦਿਖਦਾ ਅਸੀਂ ਬੱਕਰੇ ਦੇਖਦੇ ਹਾਂ ਇਹ ਦੋਨਾਂ ਦਾ ਇੱਕ ਹੋਣ ਵਾਲਾ ਗਿਆਨ ਹੈ ਉਹਨੂੰ ਬਿਵੇਕ ਕਹਿੰਦੇ ਨੇ ਯੈ ਨਾ ਯੈ ਨਾ ਯੈ ਨਾ ਹੋਈ ਇਸ ਤੇ ਪਰ ਸਤ ਹੈ ਸੋਈ ਇਸ ਕਰਕੇ ਇਹਨੂੰ ਵਿਵੇਕ ਕਹਿੰਦੇ ਵਿਵੇਕ ਬੁੱਧ ਸਤਗੁਰ ਤੇ ਪਾਏ ਇਹ ਸਤਗੁਰੂ ਤੋਂ ਪ੍ਰਾਪਤ ਹੁੰਦੀ ਹੈ ਕਰ ਵੇਠੇ ਨਹੀਂ ਮਿਲਦੀ। ਵਿਵੇਕ ਬੁੱਧ ਜਿਹੜੀ ਹੈ ਉਹਦੇ ਨਾਲ ਪੇ ਸੁਖ ਰਹਿਣ ਬਿਹਾਣੇ ਉਮਰ ਉਪੀ ਰੋਥ ਫੇਰ ਸੁਖਾਂ ਦੀ ਬਤੀਤ ਹੋ ਗਈ ਕਿਉਂਕਿ ਵਿਵੇਕ ਫਾਇਦਾ ਹੋ ਗਿਆ ਹੈ। ਵਿਵੇਕ ਦੇ ਨਾਲ ਸੁਖ ਹੈ। ਬਿਰਾਗ, ਬਿਵੇਕ, ਖਟਸਮਤੀ, ਮੋਹ ਇੱਛਾ ਇਹ ਬ੍ਰह्म ਗਿਆਨ ਦੇ ਚਾਰ ਸਾਧਨ ਹੈ ਵੱਡੇ ਜੀ। ਗੁਰਮਤਿ ਨਾ ਪਰਗਾਸਾ ਗੁਰਮਖਾਂ ਦੇ ਹਿਰਦੇ ਵਿੱਚ ਨਾਮ ਦਾ ਚਾਨਣਾ ਹੋ ਗਿਆ ਹੈ ਜੇ ਜਾਂ ਨਾਮ ਜਪ ਕੇ ਬ੍ਰਹਮ ਗਿਆਨ ਦਾ ਚਾਨਣਾ ਹੋ ਗਿਆ ਹਰ ਹਰ ਅਨੰਦ ਪਿਆ ਦਿਨ ਰਾਤ ਹਰ ਹਰ ਪਰਮੇਸ਼ਰ ਦਾ ਨਾਮ ਜਪ ਕੇ ਦਿਨ ਰਾਤ ਅਨੰਦ ਪ੍ਰਾਪਤ ਹੋ ਗਏ ਅੱਛਾ ਹਰ ਹਰ ਅਨੰਦ ਪਿਆ ਦਿਨ ਰਾਤੀ ਤੇ ਹਰ ਹਰ ਪਰਮੇਸ਼ਰ ਦਾ ਇਹ ਚੰਗਾ ਹੋਇਆ ਮਤਲਬ ਕੀ ਹੈ ਵੀ ਉਹ 5 ਮਿੰਟ ਜਿੰਨੇ ਕਿ ਰਾਗੇ ਨੇ ਉੱਤੇ ਕੀਤੇ ਸੀ ਉਹਦੀ ਪਰਮਿਸ਼ਨ ਮਿਲ ਗਈ ਹੈ ਜੀ ਕਹਿੰਦੇ 5 ਮਿੰਟ ਉੱਤੇ ਹੋ ਸਕਦੇ ਉਹ ਦੇਖੋ ਪਰਮਿਸ਼ਨ ਤੋਂ ਬਿਨਾ ਕੋਈ ਕੰਮ ਕਰੀਏ ਨਾ ਇੱਥੇ ਤਾਂ ਬੜੀ ਛੇਤੀ ਟਿਕਟ ਮਿਲ ਜਾਂਦਾ ਤੇ ਕਈ ਤਾਂ ਹੈਗੇ ਤਕੜਾ ਜੇ ਇਹਦੇ ਸਾਡੇ ਨਰਪੈ ਸਿੰਘ ਨੇ ਵੀ ਐਸਾ ਕੀਤਾ ਉਹ ਹਰਨੌਰੇ ਕਹਿੰ ਉਹਦਰ ਮੈਂ ਕਿਹਾ ਵੀ ਤੂੰ ਲੇਟ ਚਲਿਆ ਇਹਨੇ ਫਿਰ ਉਹ ਪੰਜਾਬੀ ਵਾਲਾ ਕੰਮ ਕਰਿਆ ਉਹ ਹਰਨੌਰ ਸੱਜੇ ਪੁੱਛ ਮੈਂ ਹਰਨ ਕਿਉਂ ਮਾਰਦੇ ਨੇ ਕਹਿੰਦੇ ਗਾਲਾਂ ਕੱਢਦੇ ਆ ਮੈਂ ਕਿਉਂ ਗਾਲਾਂ ਕੱਢਦਾ ਕੰਮ ਕਿਉਂ ਕਰਿਆ ਪਹਿਲਾਂ ਚੱਲਦਾ ਕਹਿੰਦਾ ਵੀ ਮੈਂ ਸੁਸਤ ਹੋ ਗਿਆ ਕੋਈ ਬਾਤ ਨਹੀਂ ਗਾਲਾਂ ਕਢਣੀਆਂ ਚੰਗੇ ਲੇਟ ਹੋਣ ਦੀ ਜਗ੍ਹਾ ਨਹੀਂ ਤੇ ਸੋ ਇਸ ਕਰਕੇ ਆ ਵੀ ਇਹਦੇ 'ਚ ਹੁਣ ਸ਼ਬਦ ਦੇ ਜਿਹੜੇ ਅੱਗੇ ਜੋੜ ਆਉਣਾ ਉਹ ਕਿਹਾ ਜਾਗੇ ਨਹੀਂ ਮੈਂ ਜੋੜ ਨਹੀਂ ਸੀ ਬੋਲਣਾ ਉਹ ਕੁਪਤ ਰਹਿ ਜਾਣਾ ਸੀ ਤੇ ਇਉਂ ਸਾਧ ਸੰਜੀ ਰਾਤ ਦਿਨ ਆਨੰਦ ਹੋ ਗਿਆ ਕਿ ਤਾਂ ਹਰ ਹਰ ਦਾ ਨਾਮ ਜਪ ਕੇ ਆਨੰਦ ਪਿਆ ਦੂਸਰਾ ਭਾਈ ਬਾਤ ਇਹ ਹੈ ਹਰ ਹਰ ਦਾ ਨਾਮ ਜਗੇ ਆਨੰਦਤਾ ਪ੍ਰਾਪਤ ਹੋਇਆ ਇਹ ਜਿਹੜੀ ਅਗਿਆਨਤਾ ਦੀ ਰਾਤ ਸੀ ਉਹ ਬਤੀਤ ਹੋ ਕੇ ਗਿਆਨ ਦਾ ਦਿਨ ਚੜਾਇਆ ਇਹ ਵੀ ਇਜ਼ਹਾਰ ਸਜਾਨਾ ਨਾਨਕ ਹਰ ਮੀਠ ਲਗਾਏ ਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਸੰਤ ਸੰਗ ਅੰਤਰਪੁਰਬ ਢੀਠਾ ਦੇ ਕੋਈ ਗੱਲ ਨੋਟ ਕਰਨ ਵਾਲੀ ਹੈ ਸ਼ਬਦ ਨਾਲ ਹੈ ਸੰਤ ਸੰਗ ਅੰਤਰਪੁਰਬ ਢੀਠਾ ਪ੍ਰਮ ਗਿਆਨੀ ਦੀ ਸੰਗਤ ਦੇ ਨਾਲ ਅੰਦਰ ਤੈਨੂੰ ਪਰਮਾਤਮਾ ਦਿਸਣ ਲੱਗ ਜਾਏ ਉਹਦੇ ਕੋਲ ਦ੍ਰਿਸ਼ਟੀ ਹੈ ਅਮਯੰਦ੍ਰਿਸ਼ਟ ਹੈ ਉਹਦੇ ਕੋਲ ਅਮੇਦਰੀ ਸੁਭ ਕਰਿਆ ਹਰ ਐਗ ਪਾਪ ਸਗਲ ਮਰ ਗਏ ਸੰਤ ਸੰਗ ਅੰਤਰਪੁਰਬ ਡੀਠਾ ਨਾਮ ਪ੍ਰਭੂ ਦਾ ਉਦੋਂ ਫੇ ਮਿੱਠਾ ਲੱਗਣ ਲੱਗਦਾ ਹੈ ਜੀਵ ਦੇ ਉੱਤੇ ਪਲਾਸਟਿਕ ਦਾ ਇੱਕ ਕਾਗਜ਼ ਬਰੀਕ ਲਪੇਟਦੇ ਹੋ ਫਿਰ ਜੀਵ ਦੇ ਉੱਤੇ ਮਿਸ਼ਰੀ ਦੀ ਡਲੀ ਰੱਖਦੇ ਹੋ ਤੇ ਫਿਰ ਦੇਖੋ ਵੀ ਉਹਦੇ 'ਚ ਮਿਠਾਸ ਆਉਂਦਾ। ਹੋਗੋਗੇ ਮਿਠਾਸ ਕਿੱਥੋਂ ਆਉਣਾ? ਮਿਠਾਸ ਤਾਂ ਤਾਂ ਆਊਗਾ ਜੇ ਜੀਭ ਦੇ ਨਾਲ ਮਿਸਰੀ ਸਪਰਸ਼ ਕਰੂਗੀ। ਨਾਮ ਦਾ ਰਸਤਾ ਤਾਂ ਆਊਗਾ ਜਦੋਂ ਅੰਤਸ਼ ਕਰਨ ਦੀ ਜੀਭ ਨਾਮ ਦੇ ਨਾਲ ਲੱਗੂਗੀ। ਅਜੇ ਤਾਂ ਚਮੜੇ ਦੀ ਜੀਭ ਲੱਗੀ ਹੋਈ ਹੈ ਨਾਮ ਦੇ ਨਾਲ। ਸੰਤ ਸੰਗ ਅੰਤਪ੍ਰਵਢੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ। ਤੇ ਫਿਰ ਉਹ ਮਿੱਠਾ ਲੱਗਦਾ ਹੈ। ਇਹ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਹਨ ਜੀ ਗੁਰ ਸੇਵਨ ਸਤ ਗੁਰ ਦਾਤਾ ਗੁਰ ਪੂਜਨੀਕ ਸੁਖਾਂ ਦਾ ਦਾਤਾ ਸਤ ਗੁਰੂ ਹੈ ਨਾਮ ਦੇ ਦਾਤੇ ਗਿਆਨ ਦੇ ਦਾਤੇ ਨੇ ਜਿਉਂ ਸੇਵਨ ਕੀਤਾ ਹੈ ਹਰ ਹਰ ਨਾਮ ਸਮਾਏ ਤੇ ਜਿਹੜੇ ਹਰੀ ਪਰਮੇਸ਼ਰ ਦੇ ਹਰ ਨਾਮ ਦੇ ਸਮਾ ਗਏ ਇਸ ਤੇ ਅਗੇ ਸਾਧ ਸੰਗਤ ਅੰਕ ਲਿਖੇ ਬੈਨ 4 6 7 5 7 ਤੇ 12 ਤੇ ਇਹਨਾਂ ਅੰਕਾਂ ਨੂੰ ਐ ਨਾ ਸਮਝ ਲਓ ਵੀ ਐਵੇਂ ਬੇਲੋੜੀ ਲਾ ਦਿੱਤੇ ਮਹਾਰਾਜ ਇਹਨਾਂ ਦਾ ਵੀ ਕੋਈ ਅਰਥ ਹੈ ਉਹ ਇਸ ਕਰਕੇ ਜਿਹੜਾ ਸੰਪਰਦਾ ਦੇ ਵਿਦਿਆਲਿਆ ਉਹਦੇ ਵਿੱਚ ਸਾਰੀਆਂ ਪੜਾਈਆਂ ਕਰਾਈਆਂ ਜਾਂਦੇ ਨੇ ਵੀ ਇਹ ਵੀ ਛੱਡਣਾ ਇਹਦੀ ਅਰਥ ਕਰਨੇ ਆ ਇਹਦੇ ਵਿੱਚ ਹੈ ਚਾਰ ਅੰਕ ਦਾ ਮਤਲਬ ਹੈ ਵੀ ਸ਼ੰਤ ਦੇ ਚਾਰ ਹਿੱਸੇ ਸੀ ਭਾਗ ਪਹਿਲੇ ਚਾਰ ਦੇ ਇਹ ਹੋਗੇ ਫਿਰ ਆ ਗਿਆ 6 ਤੀਸਰੇ ਪਾਦਸ਼ਾ ਦੇ ਜਿਹੜੇ ਸ਼ੰਤ ਸੀ ਤੀਸਰੇ ਪਾਦਸ਼ਾ ਦੇ ਜਿਹੜੇ ਚੱਲ ਰਹੇ ਸੀ ਪਿੱਛੇ ਇਹ 6 ਸ਼ੰਤ ਜਿਹੜੇ ਨੇ ਉਹ ਮਹਾਰਾਜ ਸਾਹਿਬ ਜੀ ਨੇ ਦੂਸਰੇ ਨਾ ਤੀਸਰੇ ਘਰ ਦੇ ਵਿੱਚ ਗਾਇਨ ਕੀਤੇ ਹੋਏ ਰਾਗ ਦੇ ਤੀਸਰੇ ਘਰ ਵਿੱਚ ਗਾਇਨ ਕੀਤੇ ਨੇ 6 ਨੇ ਫਿਰ ਅੱਗੇ ਆ ਗਿਆ 7 ਮਹਾਰਾਜ ਸਾਹਿਬ ਨੇ ਇੱਕ ਦੂਜੇ ਘਰ ਦੇ ਵਿੱਚ ਗਾਇਨ ਕੀਤਾ ਇੱਕ ਸ਼ਬਦ 6 ਦੇ ਵਿੱਚ ਇੱਕ ਮਿਲਾ ਦਿੱਤੇ ਸੱਤ ਹੋ ਜਾਂਦਾ ਹੈ ਇਕ ਤਾਂ ਇਹ ਗਿਣਤੀ ਅਲੱਗ ਹੈ ਹੁਣ ਇਹ ਨਹੀਂ ਹੁਣ ਅੱਗੇ ਆ 5 ਤੇ 7 ਫੇਰ ਆ 12 5 ਜਿਹੜੇ ਸ਼ਬਦ ਹੈ ਸ਼ੰਤ ਇਹ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਸ ਕਰਕੇ 5 ਆ ਗਿਆ 7 ਦਾ ਮਤਲਬ ਹੈ ਵੀ ਇਹ ਜਿਹੜੇ ਪਿੱਛੇ 7 ਜੋੜੇ ਸੀ ਵੀ ਹੁਣ ਇਹਦੇ ਨਾਲ ਪਿਛਲੀ ਦਾ ਵਿਆਖਿਆ ਹੋ ਗਈ 5 ਤੇ 7 ਦਾ ਜੋੜ ਕਰੋ ਤੇ 12 ਹੋ ਗਿਆ ਜੋੜ ਆ ਗਿਆ 12 કુલ ਸ਼ਬਦ ਹੋ ਗਏ 12 ਸੋ ਇਸ ਕਰਕੇ ਸਾਜ ਜੀ ਇਹ ਸੰਪਰਦਾ ਦੇ ਵਿੱਚ ਪੜਾਇਆ ਜਾਂਦਾ ਹੈ ਮਹਾਂਪੁਰਖ ਵਾਰ-ਵਾਰ ਕਹਿੰਦੇ ਸੀ ਸੰਤ ਗਿਆਨੀ ਗੁਰਬਚਨ ਜੀ ਗਏ ਗੁਰਮਖੋ ਇਹਨੂੰ ਬਾਧੂ ਸਮਝ ਕੇ ਨਾ ਛੱਡ ਦਿਓ ਅਰਥ ਕਰਨ ਵੇਲੇ ਇਹ ਦੱਸਣਾ ਹਰ ਥਾਂ ਤੇ ਨਹੀਂ ਜਿੱਥੇ-ਕਿੱਥੇ ਜੋੜ ਆਉਂਦਾ ਹੈ ਹੁਣ ਇੱਥੇ ਜੋੜ ਇਸ ਕਰਕੇ ਆ ਗਿਆ ਕੱਲ ਨੂੰ ਜਿਹੜੀ ਬਾਣੀ ਸ਼ਾਮ ਦੇ ਵਕਤ ਹੋਏਗੀ ਉਹ ਗੁਰੂ ਅਮਰਦਾਸ ਜੀ ਦੀ ਨਹੀਂ ਹੋਏਗੀ ਗੁਰੂ ਅਮਰਦਾਸ ਜੀ ਦੀ ਸ਼ੰਤ ਇਥੇ ਸਮਾਪਤ ਹੋ ਗਏ ਗੁਰੂ ਰਾਮਦਾਸ ਮਹਾਰਾਜ ਦੀ ਸ਼ੰਤਾਂ ਦੀ ਬਾਣੀ ਚੱਲੇਗੀ ਇਤਫਾਕਿਆ ਇਹਦੇ ਵਿੱਚ ਲਾਵਾਂ ਦੀ ਬਾਣੀ ਆ ਰਹੀ ਹੈ ਵਿਆਹ ਦੀ ਭੂਮਿਕਾ ਜੀਵ ਰੂਪ ਇਸਤਰੀ ਦੇ ਵਿਆਹ ਦੀਆਂ ਲਾਵਾਂ ਆ ਰਹੀਆਂ ਨਾ ਪ੍ਰਮਾਤਮਾ ਦੇ ਨਾਲ ਅਕਾਲ ਪੁਰਖ ਦੇ ਨਾਲ ਵਿਆਹ ਹੋਣਾ ਤੇ ਲੜਕੇ ਲੜਕੀਆਂ ਦੇ ਵਿਆਹ ਤਾਂ ਤੁਸੀਂ ਬਹੁਤ ਦੇਖ ਲਏ ਤੇ ਹੁਣ ਰੱਬ ਦੇ ਨਾਲ ਵਿਆਹ ਵੇਖੋਗੇ ਰੱਬ ਦੇ ਨਾਲ ਵਿਆਹ ਕਿਵੇਂ ਹੁੰਦਾ ਹੈ ਆਤਮਾ ਦਾ ਵਿਆਹ ਕਿਵੇਂ ਹੁੰਦਾ ਹੈ ਪ੍ਰਮਾਤਮਾ ਦੇ ਨਾਲ ਉਹਦੀ ਅੱਗੇ ਵਿਚਾਰ ਆਏਗੀ ਗੁਰੂ ਕਿਰਪਾ ਕਰੇ ਹੁਣ ਇੱਥੇ ਸਮਾਪਤੀ ਹੈ ਪਿਛਲੀ ਤੁਕ ਬੋਲਦੇ ਹਰ ਹਰ ਨੰਦ ਪਿਆ ਦਿਨ ਰਾਤੇ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਏ ਗੋਵਿੰਦ ਹੈ ਗੋਪਾਲ ਹੈ प्राण नाथ अनाथ सखी दीन दर्द निवार हे समर्थ अगम पूरन मोहे मयाकार अंध कूप महापयान नानक पार्यो तार आई प्रभु शरणागति कृपा नित दया एक अक्षर हर मन वस्त ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ